ਤਰ੍ਹਾਂ ਪਿਆਰਿਆਂ ਨੂੰ ਚੰਨ ਤੇ ਸਿਤਾਰਿਆਂ ਨੂੰ ਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਨੂੰ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਜਿਹਦਾ ਨਾਮ ਹੈ ਜੀ ਜ਼ਾਈਨੂ ਗੈਲਵੇ ਜੱਗੀ ਦੇ। ਵੈਸੇ ਮੈਂ ਆਪਣੇ ਪ੍ਰੋਗਰਾਮ ਦਾ ਨਾਮ ਘੱਟ ਲੈਂਦਾ ਹੁੰਦਾ, ਪਹਿਲੀ ਗੱਲ ਤਾਂ ਮੈਨੂੰ ਆਪਣਾ ਨਾਮ ਲੈਣਾ ਬੜਾ ਔਖਾ ਜਿਹਾ ਲੱਗਦਾ, ਅਜੀਬ ਜਿਹਾ ਲੱਗਦਾ ਆਪਣਾ ਨਾਮ ਲੈਣਾ ਨਾ। ਸੋ ਇੱਕ ਵਾਰੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਇਸ ਸ਼ੋਅ ਦੇ ਵਿੱਚ। ਅੱਜ ਵੀਰਵਾਰ ਹੈ, ਚੁਗਲੀ ਦਾ ਦਿਨ ਹੁੰਦਾ, ਚੁਗਲੀ ਅੱਜ ਮੇਰੇ ਕੋਲ ਬੜੀ ਵਧੀਆ ਆਈ ਆ, ਔਰ ਹੋ ਸਕਦਾ ਬਹੁਤ ਸਾਰੇ ਸਾਡੇ ਪੰਜਾਬੀਆਂ ਨੂੰ ਚੰਗੀ ਨਾ ਲੱਗੇ, ਪਰ ਐਸੀ ਗੱਲ ਨਹੀਂ, ਜਿਹੜੀ ਚੀਜ਼ ਮੈਨੂੰ ਚੰਗੀ ਲੱਗਦੀ ਆ ਉਹ ਤੁਹਾਨੂੰ ਵੀ ਸਾਰਿਆਂ ਨੂੰ ਚੰਗੀ ਲੱਗਦੀ ਆ। ਉਦੋਂ ਪਹਿਲਾਂ ਗੱਲ ਇੱਕ ਵਾਰੀ ਫਿਰ ਕਰ ਲਈਏ ਪੰਜਾਬ ਦੀ। ਪੰਜਾਬ ਦੇ ਵਿੱਚ ਇੱਕ ਤਾਂ ਹੜ੍ਹਾਂ ਦਾ ਜਿਹੜਾ ਪ੍ਰਕੋਪ ਹੈ ਉਹ ਜਾਰੀ ਆ, ਲੋਕ ਅਜੇ ਵੀ ਮੁਸੀਬਤ ਦੇ ਵਿੱਚ ਨੇ, ਪਰ ਦਾਤ ਦੇਣੀ ਬਣਦੀ ਹੈ ਪੰਜਾਬੀਆਂ ਦੇ ਹੌਸਲੇ ਨੂੰ ਕਿ ਪੰਜਾਬੀ ਜਿਹੜੇ ਨੇ ਪੂਰੇ ਹੌਸਲੇ ਦੇ ਨਾਲ ਲੱਗੇ ਹੋਏ ਨੇ, ਬਜਾਏ ਇਸ ਦੇ ਕਿ ਸਰਕਾਰਾਂ ਕੋਈ ਹੈਲਪ ਕਰ ਰਹੀਆਂ ਜਾਂ ਕੋਈ ਹੋਰ ਕੋਈ ਹੈਲਪ ਕਰ ਰਿਹਾ, ਬਿਲਕੁਲ ਕੋਈ ਹੈਲਪ ਨਹੀਂ ਕਰ ਰਿਹਾ, ਪੰਜਾਬੀ ਹੀ ਇੱਕ ਦੂਜੇ ਦੀ ਹੈਲਪ ਕਰਨ 'ਤੇ ਲੱਗੇ ਨੇ। ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਉਹ ਲੋਕਾਂ ਦੀ ਮਦਦ ਕਰ ਰਹੀਆਂ ਨੇ, ਲੋਕਾਂ ਦਾ ਖਾਣਾ ਪਹੁੰਚਾ ਰਹੀਆਂ ਨੇ, ਔਰ ਸ਼ਰਮ ਦੀ ਗੱਲ ਸਾਡੇ ਵਾਸਤੇ ਇਹ ਹੈ, ਸਾਡੇ ਵਾਸਤੇ ਕਿ ਸਾਡੇ ਲੀਡਰਾਂ ਵਾਸਤੇ ਖਾਸ ਤੌਰ 'ਤੇ, ਚਲੋ ਆਪਣੇ ਵਾਸਤੇ ਵੀ ਵਿੱਚੇ ਆ ਜਾਂਦੀ ਗੱਲ, ਸ਼ਰਮ ਦੀ ਗੱਲ ਇਹ ਕਿ ਲੋਹੀਆਂ ਨੇੜੇ ਟਰਾਲੀ 'ਚ ਲੈ ਕੇ ਲੰਗਰ ਪਾਣੀ ਹੜ੍ਹ ਪੀੜਤਾਂ ਵਾਸਤੇ ਕੋਈ ਸੰਗਤ ਜਾ ਰਹੀ ਸੀ, ਕੋਈ ਪਿੰਡ ਦੇ ਵਿੱਚੋਂ ਲੋਕ ਨਾਲ ਦੇ ਪਿੰਡ ਤੋਂ ਆ ਕੇ ਅਤੇ ਉੱਥੇ ਦੇਣ ਜਾ ਰਹੇ ਸੀ ਟਰਾਲੀਆਂ ਦੇ ਵਿੱਚ ਲੰਗਰ ਵਗੈਰਾ। ਸ਼ਰਮ ਦੀ ਗੱਲ ਇਸ ਕਰਕੇ ਹੈ ਕਿ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਰੋਕ ਲਿਆ, ਅੱਗੇ ਨਹੀਂ ਜਾਣ ਦਿੱਤਾ, ਰੁਕ ਜਾਓ ਅੱਗੇ ਨਹੀਂ ਜਾ ਸਕਦੇ। ਕਾਰਨ ਜਦੋਂ ਪਤਾ ਲੱਗਾ ਤਾਂ ਉਦੋਂ ਫਿਰ ਸ਼ਰਮ ਵਾਲੀ ਗੱਲ ਜ਼ਿਆਦਾ ਬਣਦੀ ਹੈ। ਨਹੀਂ ਜੀ, ਕਹਿੰਦੇ ਅੱਗੇ ਨਾ ਮੰਤਰੀ ਸਾਹਿਬ ਆਏ ਹੋਏ ਨੇ ਕਿ ਬਹੁਤ ਵੱਡੇ, ਅਤੇ ਉਹ ਹੜ੍ਹਾਂ ਦਾ ਮੁਆਇਨਾ ਕਰ ਰਹੇ ਨੇ, ਦੌਰਾ ਕਰ ਰਹੇ ਨੇ, ਤੁਸੀਂ ਜਦੋਂ ਜਾਣਗੇ ਉਦੋਂ ਜਾ ਸਕਦੇ ਹੈ। ਦੱਸੋ, ਕਰ ਲਓ ਜੀ ਗੱਲ, ਇਹੋ ਜਿਹੇ ਮੁਲਕ ਦਾ ਕੀ ਬਣੂੰਗਾ ਕੀ ਨਹੀਂ ਬਣੂੰਗਾ। ਖੈਰ, ਫਿਰ ਵੀ ਪਰਮਾਤਮਾ ਦਾ ਜੋ ਵੀ ਹੈ ਬਚਾਅ ਕਾਫੀ ਹੋ ਗਿਆ, ਜਿੱਥੇ ਨੁਕਸਾਨ ਹੋਇਆ ਉੱਥੇ ਨੁਕਸਾਨ ਵੀ ਬਹੁਤ ਹੋਇਆ, ਪਰਮਾਤਮਾ ਦੀ ਮਰਜ਼ੀ ਜਿਹੜੀ ਹੈ ਮੰਨਣੀ ਪੈਂਦੀ ਹੈ। ਸੋ ਬਾਕੀ ਗੱਲਬਾਤ ਜਿਹੜੀ ਹੈ ਲੀਡਰਾਂ ਦੀ ਕਰਦੇ ਰਹੀਦਾ, ਅਤੇ ਅੱਜ ਦੀ ਜਿਹੜੀ ਗੱਲ ਮੈਂ ਖਾਸ ਤੌਰ 'ਤੇ ਕਰਨੀ ਚਾਹੁੰਦਾ ਉਹ ਉਸ ਤੋਂ ਪਹਿਲਾਂ ਫੇਸਬੁੱਕ ਡਾਕੀਆ ਵੀ ਹੈਗਾ ਅੱਜ ਮੇਰੇ ਕੋਲ, ਇਹਦਾ ਵਿਚਾਰੇ ਦਾ ਨੰਬਰ ਵੀ ਕਾਫੀ ਦਿਨ ਬਾਅਦ ਲੱਗਿਆ, ਕਿਉਂਕਿ ਪਿਛਲੇ ਦਿਨਾਂ ਵਿੱਚ ਅਕਸਰ ਪ੍ਰੋਗਰਾਮ ਜਿਹੜੇ ਉਹ ਹੋਰ ਜਗ੍ਹਾ ਕੀਤੇ ਸੀ, ਬਾਹਰ ਕੀਤੇ ਸੀਗੇ। ਸੋ ਅੱਜ ਨਾਲ ਦੀ ਨਾਲ ਫੇਸਬੁੱਕ ਡਾਕੀਆ ਜਿਹੜਾ ਤੁਹਾਡੇ ਰੂਬਰੂ ਲੈ ਕੇ ਆਇਆ, ਅਤੇ ਨਾਲ ਦੀ ਨਾਲ ਜਿਹੜਾ ਹੈਗਾ ਬਾਕੀ ਵਿਸ਼ਾ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਅੱਜ ਤਿੱਖਾ ਇਸ ਕਰਕੇ ਕਹਿ ਸਕਦੇ ਹਾਂ ਵੀ ਕਈ ਵਾਰੀ ਨਾ ਉਹ ਕੋਈ ਗੱਲ ਹੁੰਦੀ ਨਹੀਂ ਹੈਗੀ ਵਿੱਚੋਂ, ਪਰ ਊਂ ਮੱਲੋ ਮੱਲੀ ਅਸੀਂ ਧਰਮ ਦੇ ਨਾਲ ਜੋੜ ਲੈਂਦੇ ਹਾਂ, ਪਰ ਧਰਮ ਦੇ ਨਾਲ ਗੱਲ ਹੁੰਦੀ ਨਹੀਂ। ਸਾਡਾ ਮਕਸਦ ਇਹ ਹੁੰਦਾ ਕਿ ਚੌਂਕੀਦਾਰ ਦਾ ਜਿਹੜਾ ਕੰਮ ਹੈ ਹੋਕਾ ਦੇਣਾ, ਹੋਕਾ ਦਿੰਦੇ ਅਸੀਂ, ਪਰ ਅਸੀਂ ਮੋਦੀ ਸਾਹਿਬ ਵਾਲਾ ਨਹੀਂ ਦਿੰਦੇ, ਅਸੀਂ ਇਹ ਹੋਕਾ ਦਿੰਦੇ ਗੱਲਾਂ ਬਾਤਾਂ ਦਾ ਵੀ ਜਿਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਅਵੇਅਰ ਰਹਿਣਾ ਚਾਹੀਦਾ, ਉਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਅਤੇ ਅੱਜ ਵੀ ਕੁਛ ਐਸੀ ਗੱਲਬਾਤ ਜਿਹੜੀ ਕਿ ਆਈ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਪਰ ਉਸ ਤੋਂ ਪਹਿਲਾਂ ਫੇਸਬੁੱਕ ਡਾਕੀਆ ਸਾਹਿਬ ਜਿਹੜੇ ਹੈਗੇ ਨੇ ਉਹ ਕਾਫੀ ਤੱਤਪਰ ਨੇ, ਕਹਿੰਦੇ ਯਾਰ ਤੂੰ ਚੰਗਾ ਬੰਦਾ, ਮੈਨੂੰ ਕਈ ਦਿਨ ਹੋ ਗਏ ਮੌਕਾ ਨਹੀਂ ਦਿੱਤਾ। ਸੋ ਫੇਸਬੁੱਕ ਡਾਕੀਆ ਨੂੰ ਸਭ ਤੋਂ ਪਹਿਲਾਂ ਮੌਕਾ ਦਿੰਦੇ ਹਾਂ। ਇੱਕ ਹੇਅਰ ਡਰੈਸਰ ਦੀ ਨਵੀਂ ਦੁਕਾਨ ਖੁੱਲ੍ਹੀ ਹੈ, ਕਿਸੇ ਨੇ ਸ਼ੇਵ ਸ਼ੂਵ ਕਰਾਉਣੀ ਹੋਵੇ ਇਸ ਭਾਈ ਕੋਲੋਂ ਕਰਾ ਸਕਦੇ ਹਾਂ। ਦੇਖੋ ਅੱਜ ਦੀ ਪਹਿਲੀ ਫੋਟੋ ਜਿਹੜੀ ਆ, ਪਤੰਦਰ ਕੁਹਾੜੀ ਦੇ ਨਾਲ ਸ਼ੇਵ ਕਰ ਰਿਹਾ, ਨਾਲ ਲਾਇਆ ਹੋਇਆ ਪੂਰਾ, ਉਹਨੇ ਦੇਖ ਲਓ ਕਰੀਮ ਕਰੂਮ ਜਿਹੜੀ ਹੁੰਦੀ ਪੂਰੀ ਲਾ ਕੇ ਅਤੇ ਕੁਹਾੜੀ ਨਾਲ ਸ਼ੇਵ ਕਰ ਰਿਹਾ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਸਿੱਧ ਕੀ ਕਰਨਾ ਚਾਹੁੰਦਾ, ਕੁਹਾੜੀ ਮਾੜੀ ਜੀ ਵੀ ਹੱਥ ਤਿਲ ਗਿਆ, ਕੰਨ ਉਹ ਜਾੜਗਣਾ, 3 ਮੀਲ 'ਤੇ ਜਾ ਕੇ ਮੁੜ ਕੇ ਦੇਖੂਗਾ ਮੇਰਾ ਕੰਨ ਕਿੱਥੇ ਗਿਆ, ਹੁਣ ਮੈਂ ਐਨਕਾਂ ਕਿੱਥੇ ਲਾਵਾਂ, ਮੈਨੂੰ ਤਾਂ ਐਨਕ ਤੋਂ ਬਿਨਾਂ ਦਿੰਦਾ ਹੀ ਨਹੀਂ ਹੈਗਾ। ਇਹੋ ਜਿਹੀਆਂ ਵਨਸਵੰਨੀਆਂ ਫੋਟੋਆਂ ਜਿਹੜੀਆਂ ਸਾਨੂੰ ਭੇਜਦੇ ਹੋ ਤੁਸੀਂ, ਕੁਛ ਨਾ ਕੁਛ ਫੇਸਬੁੱਕ 'ਤੇ ਮਿਲ ਜਾਂਦੀਆਂ। ਅਤੇ ਦੂਜੀ ਫੋਟੋ ਜਿਹੜੀ ਹੈ ਉਹ ਜਿਹੜੀ ਉਹ ਵੀ ਬਹੁਤ ਖਤਰਨਾਕ ਹੈ। ਆਮ ਤੌਰ 'ਤੇ ਅਸੀਂ ਕੋਈ ਕੰਮ ਕਰਨਾ, ਪੇਂਟ ਕਰਨਾ, ਅਤੇ ਉਹ ਘੋੜੀ ਹੁੰਦੀ ਹੈ, ਘੋੜੀ ਉਹ ਰੱਖ ਕੇ ਅਤੇ ਘੋੜੀ ਦੇ ਉੱਪਰ ਚੜ੍ਹ ਕੇ ਅਤੇ ਫਿਰ ਪੇਂਟ ਵਗੈਰਾ ਕਰਦੇ ਕੋਈ ਉੱਚੀ ਜਗ੍ਹਾ ਕੋਈ ਵੀ ਗੱਲਬਾਤ ਕਰਨੀ ਆ। ਇਸ ਭਾਈ ਸਾਹਿਬ ਨੇ ਕਿਸੇ ਸਿਆਣੇ ਬੰਦੇ ਨੂੰ ਪੁੱਛਿਆ, ਇਸ ਫੋਟੋ ਵਿਚਲੇ ਨੇ ਸਿਆਣੇ ਬੰਦੇ ਨੂੰ ਪੁੱਛਿਆ, ਜੀ ਮੈਂ ਘਰੇ ਪੇਂਟ ਕਰਨਾ ਕਿੱਦਾਂ ਕਰਾਂ, ਕੋਈ ਪੌੜੀ ਹੈਗੀ ਤੁਹਾਡੇ ਘਰੇ? ਉਹ ਕਹਿੰਦਾ ਪੌੜੀ ਨਾ ਨਹੀਂ, ਪੌੜੀ ਫਿਰ ਜਿੱਥੇ ਪੌੜੀ ਲੱਗੀ ਹੋਈ ਉੱਥੇ ਪੇਂਟ ਨਹੀਂ ਹੋਣਾ, ਤੂੰ ਐਂ ਕਰ ਘੋੜੀ ਲੈ ਆ। ਇਹ ਭਾਈ ਸਾਹਿਬ ਚਲ ਗਏ ਘੋੜੀ ਲੱਭਣ, ਘੋੜੀ ਇਹਨਾਂ ਨੂੰ ਲੱਭੀ ਨਹੀਂ, ਇਹ ਕਹਿੰਦੇ ਵੀ ਚਲੋ ਘੋੜੀ ਨਹੀਂ ਤਾਂ ਗਧੇ ਨਾਲ ਕੰਮ ਸਾਰੋ। ਇਹ ਮੇਰੇ ਖਿਆਲ ਦੂਜੀ ਸੱਚੀ ਮੁੱਚੀ ਦੀ ਘੋੜੀ ਸਮਝ ਗਏ ਸੀਗੇ ਵੀ ਉਹ ਘੋੜੀ ਲਿਆ ਕੇ ਅਤੇ ਉਹਦੇ ਨਾਲ ਹੀ ਇਹ ਪੇਂਟ ਹੋਣਾ ਜੋ ਵੀ ਘਰੇ ਕਰ ਰਿਹਾ
ਹੈਗਾ, ਪਰ ਫਿਰ ਉਹਨੇ ਘੋੜੀ ਤਾਂ ਨਹੀਂ ਮਿਲੀ ਪਰ ਗਧੇ ਨੂੰ ਘੋੜੀ ਬਣਾ ਲਿਆ, ਅਤੇ ਗਧਾ ਵੀ ਸੋਚਦਾ ਹੋਣਾ ਵੀ ਭਾਈ ਆਹ ਮੈਨੂੰ ਕਿਹੜੇ ਕੰਮ ਲਾ ਲਿਆ ਨੇ, ਪਰ ਇਹ ਦੂਜੀ ਘੋੜੀ ਦੇ ਪੈਰ ਚਾਰ ਛਪੇ ਟਿਕੇ ਹੁੰਦੇ, ਉਹ ਤੋਂ ਸਟੈਪ ਹੁੰਦੇ ਬਣੇ ਉੱਪਰ ਚੜ੍ਹਨ ਵਾਸਤੇ, ਅਤੇ ਇਹਦੇ ਹੁਣ ਪਤਾ ਨਹੀਂ ਉੱਪਰ ਖੜ੍ਹਾ ਕਿਵੇਂ ਹੋਇਆ ਭਾਈ, ਅਤੇ ਨੰਬਰ 2 'ਤੇ ਹੁਣ ਇਹ ਘੋੜੀ ਮਾੜੀ ਜਿਹੀ ਵੀ ਹਿੱਲ ਗਈ ਇੱਧਰ ਉੱਧਰ ਹੋ ਗਈ, ਅਤੇ ਇਹਦੀਆਂ ਜਿਹੜੀਆਂ ਹੱਡੀਆਂ ਚੂਰੋ ਚੂਰੋ ਹੋ ਜਾਣੀਆਂ, ਬਾਕੀ ਦੇ ਸੁੱਕ ਲਿੱਤਾ ਹੈਗਾ। ਚਲੋ ਸਿਆਣਾ ਲੱਗਦਾ ਗਧਾ ਵਿਚਾਰਾ ਵੈਸੇ, ਵੀ ਚਲੋ ਆਰਾਮ ਨਾਲ ਖੜ੍ਹਾ ਹੈਗਾ, ਕੋਈ ਗੱਲ ਨਹੀਂ। ਅਗਲੀ ਫੋਟੋ, ਮਤਲਬ ਕਿ ਅੱਜ ਕੱਲ੍ਹ ਪੰਜਾਬ ਨੇ ਤਰੱਕੀ ਬਹੁਤ ਕਰ ਲਈ ਹੈ, ਇੰਨੀ ਤਰੱਕੀ ਕਰ ਲਈ ਹੈ ਜੀ, ਅੱਜ ਕੱਲ੍ਹ ਜਹਾਜ਼ 'ਤੇ ਬੈਠਣ ਦੀ ਲੋੜ ਨਹੀਂ ਹੈਗੀ। ਅੱਜ ਕੱਲ੍ਹ ਪੰਜਾਬ ਰੋਡਵੇ ਦੀਆਂ ਬੱਸਾਂ ਸਿੱਧੀਆਂ ਜਲੰਧਰੋਂ ਕਨੇਡਾ, ਆਸਟ੍ਰੇਲੀਆ, ਇੰਗਲੈਂਡ ਜਾਣ ਲੱਗ ਪਈਆਂ। ਜੇ ਨਹੀਂ ਯਕੀਨ ਤਾਂ ਆਹ ਦੇਖ ਲਓ ਫੋਟੋ, ਆਪ ਹੀ ਇਹ ਦੇਖੋ ਜੀ, ਬੱਸ ਅੱਡੇ ਦੀ ਫੋਟੋ ਆ। ਇਹ ਤਾਂ ਵਾਕਿਆ ਹੀ ਇਹ ਲੱਗਦਾ ਵੀ ਉੱਥੇ ਲਿਖਿਆ ਹੋਣਾ ਚਾਹੀਦਾ, ਜਿੱਥੇ ਅੰਮ੍ਰਿਤਸਰ ਲਿਖਿਆ ਦਿੱਲੀ ਹੋਣਾ ਚਾਹੀਦਾ ਜਾਂ ਕੁਛ ਲਿਖਿਆ ਹੋਣਾ ਚਾਹੀਦਾ, ਉੱਥੇ ਕਨੇਡਾ, ਇੰਗਲੈਂਡ, ਆਸਟ੍ਰੇਲੀਆ, ਇਹੋ ਜਿਹੇ ਸਾਰੇ ਅੱਖਰ ਲਿਖੇ ਆ, ਤਾਂ ਲੱਗਦਾ ਇੱਦਾਂ ਹੀ ਆ ਵੀ ਇੱਥੋਂ ਸਿੱਧੀਆਂ ਬੱਸਾਂ ਜਾਣ ਲੱਗ ਪਈਆਂ। ਪੰਜਾਬ ਨੇ ਇੰਨੀ ਤਰੱਕੀ ਕਰ ਲਈ ਬਾਹਰਲੇ ਮੁਲਕਾਂ ਨੂੰ, ਆਹੋ ਹੁਣ ਬੱਸ ਦੇ ਵਿੱਚ ਤਾਂ ਚਲੋ ਟਿਕਟ, ਕਈ ਟਿਕਟ ਤੋਂ ਬਿਨਾਂ ਵੀ ਚੜ੍ਹ ਜਾਂਦੇ ਆ, ਦੂਜਾ ਇਹ ਵੀ ਜਹਾਜ਼ ਦੇ ਵਿੱਚ ਤਾਂ ਬਿਨਾਂ ਸੀਟ ਤੋਂ ਜਾ ਨਹੀਂ ਸਕਦੇ, ਬੱਸ ਦੇ ਵਿੱਚ ਤਾਂ ਛੱਤ 'ਤੇ ਬਹਿ ਕੇ ਚੱਲ ਜਾਣਾ ਆਪਣੇ ਬੰਦਿਆਂ ਨੇ, ਜੋ ਪਤਾ ਲੱਗੇ ਸੀ ਵੀ ਬੱਸ ਕਨੇਡਾ ਅਮਰੀਕਾ ਜਾਣੀ ਹੈ। ਪਰ ਇਹ ਅਸਲ ਤਸਵੀਰ ਜਿਹੜੀ ਬਿਆਨ ਕਰਦੀ ਹੈ ਸਾਡੀ ਸੋਚ ਨੂੰ, ਸਾਡੀ ਪੰਜਾਬੀਆਂ ਦੀ ਸੋਚ ਨੂੰ ਇਹ ਤਸਵੀਰ ਬਿਆਨ ਕਰਦੀ ਹੈ। ਇਹ ਬੱਸ ਅੱਡੇ ਦੇ ਉੱਤੇ ਬੋਰਡ ਨਹੀਂ ਲੱਗੇ ਇੰਗਲੈਂਡ, ਕਨੇਡਾ, ਅਮਰੀਕਾ ਦੇ, ਆਸਟ੍ਰੇਲੀਆ ਦੇ, ਇਹ ਏਜੰਟਾਂ ਦੀਆਂ ਐਡਾਂ ਲੱਗੀਆਂ ਹੋਈਆਂ ਨੇ, ਕਿਉਂਕਿ ਬੱਸ ਅੱਡੇ ਤੋਂ ਬੱਸ ਚੜ੍ਹਨਾ ਹੁੰਦਾ ਸਭ ਨੇ, ਅਤੇ ਫਿਰ ਦੇਖਣਾ ਜਦੋਂ ਉਹਨੇ ਦੇਖਣਾ ਤਾਂ ਆਪਣੇ ਵੱਲੋਂ ਇਹ ਵੀ ਮੇਰੀ ਬੱਸ ਕਿੱਥੋਂ ਜਾਣੀ ਹੈ, ਜਦੋਂ ਅੱਗੇ ਕਨੇਡਾ ਦਾ ਬੋਰਡ ਦਿਖ ਜਾਣਾ ਤਾਂ ਉਹਨੇ ਕਹਿਣਾ ਯਾਰ ਬੱਸੇ ਬਾਅਦ ਚੜਾਂਗੇ, ਪਹਿਲਾਂ ਕਨੇਡਾ ਹੀ ਚੱਲਦੇ ਆ। ਅਤੇ ਨਾਲ ਫੋਨ ਨੰਬਰ ਲਿਖੇ ਹੁੰਦੇ ਆ, ਫੋਨ ਨੰਬਰ ਕਰੋ ਸਹੀ, ਅੱਗਿਓਂ ਐਂ ਪੈਂਦੇ ਆ ਝਪਟ ਕੇ, ਇੰਨੇ ਪਿਆਰ ਨਾਲ ਬੋਲਦੇ ਆ ਕਿ ਬੰਦਾ ਮੱਲੋ ਮੱਲੀ ਫਸ ਜਾਂਦਾ। ਔਰ ਇਹਨਾਂ ਏਜੰਟਾਂ ਦੇ ਫਸੇ ਮੁੜ ਕੇ ਕਿੱਥੇ ਕੀ ਹੁੰਦਾ ਉਹ ਆਪਾਂ ਅਕਸਰ ਦੇਖਦੇ ਹਾਂ। ਸੋ ਸਾਡਾ ਕੰਮ ਹੈ ਜੀ ਹੋਕਾ ਦੇਣਾ, ਸਿੱਧੀ ਗੱਲ ਹੈ, ਬਾਕੀ ਤੁਸੀਂ ਸਮਝਦਾਰ ਹੋ ਸਾਰੇ। ਲਓ ਜੀ ਅਗਲੀ ਫੋਟੋ ਜਿਹੜੀ ਆਖਰੀ ਦਿਖਾਉਣੀ ਆ, ਅਸੀਂ ਸੈਲਫੀ ਦੀਆਂ ਗੱਲਬਾਤ ਕਰਦੇ ਰਹੀਦਾ ਅਕਸਰ। ਸੈਲਫੀ ਵੱਖ ਵੱਖ ਤਰ੍ਹਾਂ ਨਾਲ ਲੋਕ ਖਿੱਚਦੇ ਨੇ, ਪਰ ਅਸੀਂ ਜੇ ਗੱਲ ਕਰੀਏ ਅੱਜ ਕੱਲ੍ਹ ਬੰਦਿਆਂ ਨਾਲੋਂ, ਜਨਾਨੀਆਂ ਨਾਲੋਂ ਜ਼ਿਆਦਾ ਜਾਨਵਰ ਵਧੀਆ ਸੈਲਫੀ ਖਿਚਾਉਂਦੇ ਨੇ। ਜਿਵੇਂ ਨਿਆਣਾ ਨਹੀਂ, ਨਿਆਣੇ, ਨਿੱਕੇ ਨਿੱਕੇ ਨਿਆਣੇ ਹੁੰਦੇ ਆ, ਤਾਂ ਉਹ ਵੈਸੇ ਕੈਮਰਾ ਦੇਖ ਜਾਏ ਤਾਂ ਉਹ ਇੱਕਦਮ ਐਕਸਪ੍ਰੈਸ਼ਨ ਇਹੋ ਜਿਹਾ ਦਿੰਦਾ, ਬੜੀ ਸੋਹਣੀ ਫੋਟੋ ਆਉਂਦੀ ਉਹਦੀ, ਸਾਰੇ ਖੁਸ਼ ਹੁੰਦੇ ਆ, ਆਹ ਕਿੰਨੀ ਸੋਹਣੀ ਫੋਟੋ, ਕਿੰਨੀ ਸੋਹਣੀ ਫੋਟੋ, ਘੋਲੂ ਦੀ ਕਿੰਨੀ ਸੋਹਣੀ ਫੋਟੋ, ਐਂ ਅੱਖਾਂ ਖੋਲ ਲੈਂਦਾ। ਅਤੇ ਇੱਦਾਂ ਹੀ ਆਹ ਕੋਈ ਬੀਬੀ ਫੋਟੋ ਖਿੱਚਣ ਲੱਗੀ ਸੀ ਸੈਲਫੀ ਘੋੜੇ ਨਾਲ, ਅਤੇ ਘੋੜੇ ਨੇ ਅੱਗਿਓਂ ਰਿਐਕਸ਼ਨ ਇਹੋ ਜਿਹਾ ਦਿੱਤਾ, ਇਹ ਨਹੀਂ ਪਤਾ ਲੱਗਦਾ ਵੀ ਬੀਬੀ ਦਾ ਰਿਐਕਸ਼ਨ ਵਧੀਆ ਕਿ ਘੋੜੇ ਦਾ ਵਧੀਆ, ਪਰ ਮੈਨੂੰ ਇਹ ਲੱਗਦਾ ਵੀ ਘੋੜੇ ਦਾ ਰਿਐਕਸ਼ਨ ਜ਼ਿਆਦਾ ਵਧੀਆ, ਕਿਉਂਕਿ ਉਹਨੂੰ ਜਾਨਵਰ ਕਹਿੰਦੇ ਆ ਅਤੇ ਅਸੀਂ ਇਨਸਾਨ ਹੈ। ਇਸ ਤਰ੍ਹਾਂ ਦੀਆਂ ਫੋਟੋਆਂ ਤੁਸੀਂ ਸਾਨੂੰ ਭੇਜਦੇ ਰਹਿੰਦੇ ਹੋ, ਬੜੀਆਂ ਫੋਟੋਆਂ ਹੋਰ ਵੀ ਆਉਂਦੀਆਂ ਨੇ। ਹੁਣ ਜਿਹੜੀ ਮੈਂ ਵੀਡੀਓ ਵਾਲੇ ਪਾਸੇ ਜਾਣਾ ਤੁਹਾਡੇ, ਵੀਡੀਓ ਵਾਲੇ ਪਾਸੇ ਇਹ ਹੈ ਕਿ ਅਸੀਂ ਅਕਸਰ ਆ ਜਾਨਵਰਾਂ ਦੀ ਗੱਲ ਕੀਤੀ, ਹੁਣ ਜਾਨਵਰਾਂ ਦੇ ਇੱਕ ਵਿੱਚ ਇੱਕ ਨਾਮ ਆਉਂਦਾ, ਜਾਨਵਰਾਂ ਦੇ ਵਿੱਚ ਇੱਕ ਜਾਨਵਰ ਆਉਂਦਾ ਜਿਹਨੂੰ ਅਸੀਂ ਬਾਂਦਰ ਕਹਿ ਦਿੰਦੇ ਹਾਂ, ਠੀਕ ਹੈ। ਬਾਂਦਰ ਦੀ ਵੈਸੇ ਕੋਈ ਰੈਪੂਟੇਸ਼ਨ ਬਾਹਲੀ ਚੰਗੀ ਨਹੀਂ ਹੈਗੀ, ਬਾਂਦਰ ਪੜ੍ਹਦੇ ਨਿਆਣੇ ਦੀਆਂ ਕਿਤਾਬਾਂ ਵੀ ਪਾੜ ਸਕਦਾ, ਬਾਂਦਰ ਜਿਹੜਾ ਤੁਹਾਡਾ ਪਰਸ ਖੋ ਕੇ ਵੀ ਭੱਜ ਸਕਦਾ ਕਿਤੇ ਗਏ ਹੋ, ਅਤੇ ਬਾਂਦਰ ਜਿਹੜਾ ਕੋਈ ਵੀ ਪੁੱਠਾ ਸਿੱਧਾ ਕੰਮ ਕਰ ਸਕਦਾ, ਪਰ ਬਾਂਦਰ ਜਿਹੜੀ ਅਕਲ ਸਮਝਦੇ ਅਸੀਂ ਕੋਈ ਕੰਮ ਦੇਖਦੇ ਹਾਂ, ਅਸੀਂ ਕਿੰਨੇ ਵੀ ਕੰਮ ਦੇਖਦੇ ਹਾਂ, ਜਾਂ ਇਉਂ ਕਹਿ ਲਓ ਸਿਖਾਏ ਹੁੰਦੇ ਨੇ, ਕੁੱਤਿਆਂ ਨੂੰ ਬਹੁਤ ਕੁਛ ਸਿਖਾਇਆ ਹੁੰਦਾ, ਬਾਂਦਰ ਵੀ ਇਸ ਤਰ੍ਹਾਂ ਕਈ ਪੜ੍ਹੇ ਲਿਖੇ ਹੁੰਦੇ ਆ ਜਿਹੜੇ ਕਿ ਜਮ੍ਹਾਂ ਬੰਦਿਆਂ ਵਾਂਗੂ ਕੰਮ ਕਰਦੇ। ਜਿਹੜੀ ਵੀਡੀਓ ਮੈਂ ਹੁਣ ਤੁਹਾਡੇ ਸਾਹਮਣੇ ਪੇਸ਼ ਕਰਨੀ ਹੈ, ਵੈਸੇ ਤਾਂ ਵੀਡੀਓ ਹੈਗੀ ਉਹ 10 ਕੁ ਮਿੰਟ ਦੀ ਸੀਗੀ, ਪਰ ਮੈਂ ਥੋੜ੍ਹੀ ਜਿਹੀ ਤੁਹਾਨੂੰ ਦਿਖਾਈ ਆ। ਉਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਬਾਂਦਰ ਬਕਾਇਦਾ ਟੇਬਲ ਟੈਨਿਸ ਖੇਡਦਾ ਕਿ ਬੰਦਿਆਂ ਦੇ ਨਾਲ, ਟੇਬਲ ਟੈਨਿਸ ਖੇਡਦਾ ਬਾਂਦਰ, ਅਸੀਂ ਸਕੂਟਰ ਮੋਟਰਸਾਈਕਲ ਚਲਾਉਂਦੇ ਕਈ ਵਾਰ ਦਿਖਾਏ ਆ, ਅਤੇ ਇਸ ਵੀਡੀਓ ਦੇ ਵਿੱਚ ਵੀ ਬਾਂਦਰ ਪੂਰੀ ਮਸਤੀ ਕਰ ਰਿਹਾ, ਵਨ ਮਨੁੱਸ਼ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦੇ ਨਾਲ ਮਨੁੱਸ਼ ਲੱਗ ਗਿਆ ਤਾਂ ਮਤਲਬ ਉਹ ਕੁਛ ਨਾ ਕੁਛ ਤਾਂ ਮਨੁੱਸ਼ ਹੈ ਨਾ, ਮਨੁੱਸ਼ ਦਾ ਉਹਦੇ ਵਿੱਚ ਹੈ ਨਾ, ਉਹਦੀ ਅਕਲ 'ਚ ਕੁਛ ਲਾ ਲਓ। ਅਤੇ ਵਨ ਮਨੁੱਸ਼ ਜਿਹੜਾ ਹੈਗਾ ਉਹ ਪਹਿਲਾਂ ਕਹਿੰਦੇ ਵੀ ਸਾਡੇ ਗਾਂ ਦੀ ਗਾਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਇੱਦਾਂ ਦੇ ਹੁੰਦੇ ਸੀਗੇ ਆਪਾਂ, ਆਪਣੇ ਯਾਨੀ ਕਿ ਗਾਂ ਦੀ ਗਾਂ ਜਿਹੜੇ ਹੁੰਦੇ ਸੀਗੇ, ਅਤੇ ਅੱਜ ਕੱਲ੍ਹ ਵੀ ਬਹੁਤ ਸਾਰੇ ਇਦੂ ਵੀ ਗਏ ਗੁਜਰੇ ਹੈਗੇ ਜਿਹੋ ਜਿਹਾ। ਇਹ ਦਿਖਾਉਣਾ ਮੈਂ ਤੁਹਾਨੂੰ, ਇਹ ਦੇਖੋ ਭਾਈ ਸਾਹਿਬ ਕਿਵੇਂ ਮਸਤੀ ਕਰ ਰਹੇ ਨੇ, ਕੀ ਕਰ ਰਹੇ ਨੇ, ਅਤੇ ਇਸ ਤੋਂ ਬਾਅਦ ਕਰਦੇ ਹਾਂ ਅਗਲੀ ਗੱਲਬਾਤ। This is amazing.
ਅਤੇ ਇਹ ਲਾਸਟ ਵਾਲੇ ਜਿਹੜੇ ਸੀਗੇ ਮੈਨੂੰ ਲੱਗਦਾ ਵੀ ਡਾਈਟਿੰਗ 'ਤੇ ਆ, ਅਤੇ ਡਾਕਟਰਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਸਲਾਦ ਜ਼ਿਆਦਾ ਖਾਣਾ, ਤੁਹਾਡਾ ਭਾਰ ਵੱਧ ਰਿਹਾ, ਠੀਕ ਹੈ ਜੀ, ਰੋਟੀ ਘੱਟ ਖਾਓ। ਰੋਟੀ ਤਾਂ ਵੈਸੇ ਵੀ ਪਤਨੀ ਵਿਚਾਰੇ ਖਾਂਦੇ ਕਿ ਨਹੀਂ ਖਾਂਦੇ, ਪਰ ਇਹ ਜਿਹੜੀਆਂ ਵੀਡੀਓ ਸਾਨੂੰ ਮਿਲਦੀਆਂ ਨੇ ਅਕਸਰ ਇਹ ਰੈਸਟੋਰੈਂਟ ਦੇ ਵਿੱਚ ਬਕਾਇਦਾ ਸੂਟ ਵੂਟ ਪਾਇਆ ਅਤੇ ਉਹ ਰੈਸਟੋਰੈਂਟ ਦੇ ਵਿੱਚ ਕਿਤੇ ਨਾ ਕਿਤੇ ਬੈਠ ਕੇ ਖਾਂਦੇ ਨੇ। ਇਹਦਾ ਮਤਲਬ ਇਹ ਹੈਗਾ ਵੀ ਸਿਆਣੇ ਹੈਗੇ ਨੇ। ਜਿਹੜੇ ਪੰਛੀ ਹੈ ਜਾਂ ਜਾਨਵਰ ਹੈ ਉਹ ਕਈ ਬੰਦਿਆਂ ਨਾਲੋਂ ਵੀ ਜ਼ਿਆਦਾ ਸਿਆਣੇ ਹੁੰਦੇ, ਬੰਦਿਆਂ ਨਾਲੋਂ ਜ਼ਿਆਦਾ ਉਹ ਕੰਮ ਵਧੀਆ ਕਰਦੇ ਨੇ। ਅੱਛਾ, ਅਗਰ ਅਸੀਂ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਇਹੋ ਜਿਹੇ ਸਾਨੂੰ ਦੇਖਣ ਨੂੰ ਮਿਲ ਜਾਂਦੀ ਜਿਹਨਾਂ ਕੋਲ ਸੋਸ਼ਲ ਮੀਡੀਆ ਹੈਗਾ। ਸੋਸ਼ਲ ਮੀਡੀਆ ਦੇ ਵਿੱਚ ਸਾਨੂੰ ਬੜਾ ਕੁਛ ਐਸਾ ਮਿਲਦਾ ਦੇਖਣ ਨੂੰ, ਕਈ ਤਾਂ ਜਾਣ ਬੁੱਝ ਕੇ ਕੀਤਾ ਹੁੰਦਾ। ਕਿ ਟਿਕਟੋਕ ਦਾ ਬੜਾ ਰਿਵਾਜ਼ ਜਿਹਾ ਚੱਲਿਆ ਸੀ ਵੀ ਡਾਇਲੋਗ ਪਿੱਛੇ ਹੋਰ ਭਰ ਕੇ ਤਾਂ ਲੱਗੇ ਹੋਏ ਨਿਆਣੇ, ਜੋ ਨਿਆਣੇ ਕੀ ਸਿਆਣੇ ਕੀ ਕੁੜੀਆਂ ਕੀ ਬੁੜੀਆਂ ਕੀ ਸਾਰੇ ਟਿਕਟੋਕ ਦੇ ਮਗਰ ਲੱਗੇ ਹੋਏ ਨੇ। ਟਿਕਟੋਕ ਬਾਰੇ ਗੱਲ ਆਪਾਂ ਫਿਰ ਕਰਾਂਗੇ, ਅੱਜ ਹੁਣ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਵਾਲਾ ਸਿਲਸਿਲਾ ਵੀ ਸ਼ੁਰੂ ਕਰਾਂਗੇ। ਵਿਸ਼ਾ ਅੱਜ ਦਾ ਥੋੜ੍ਹਾ ਜਿਹਾ ਵੱਖਰਾ ਤਾਂ ਨਹੀਂ ਹੈਗਾ, ਵਿਸ਼ੇ ਤਾਂ ਖੈਰ ਉਹੋ ਹੀ ਨੇ, 35 ਅੱਖਰਾਂ ਦੇ ਵਿੱਚੋਂ ਊੜੇ ਆੜੇ ਦੇ ਵਿੱਚੋਂ ਸਾਰੇ ਵਿਸ਼ੇ ਹੁੰਦੇ ਨੇ, ਪਰ ਅੱਜ ਦਾ ਵਿਸ਼ਾ ਥੋੜ੍ਹਾ ਜਿਹਾ ਤਿੱਖਾ ਜ਼ਰੂਰ ਮੈਂ ਕਹਿ ਸਕਦਾ, ਤਿੱਖਾ ਹੋ ਸਕਦਾ, ਵੈਸੇ ਜ਼ਰੂਰੀ ਨਹੀਂ ਕਿ ਤਿੱਖਾ ਹੋਵੇ, ਤੁਹਾਨੂੰ ਵਧੀਆ ਲੱਗੂਗਾ ਉਮੀਦ ਹੈਗੀ ਹੈ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਸਵਾਗਤ ਜਾਈ ਨੂੰ ਜਲਵੇ ਜੱਗੀ ਦੇ ਵਿੱਚ। ਗੱਲਬਾਤ ਕਰੀਏ ਅੱਜ ਦੇ ਵਿਸ਼ੇ ਬਾਰੇ। ਵਿਸ਼ੇ 'ਤੇ ਵੈਸੇ ਦਵਿੰਦਰ ਹੋਠੀ ਸਾਹਿਬ ਫੋਨ ਲਾਈਨ 'ਤੇ ਹੈਗੇ, ਤੁਹਾਡੀਆਂ ਕਾਲਾਂ ਧੜਾ ਧੜ ਆਉਣੀਆਂ ਸ਼ੁਰੂ ਹੋ ਗਈਆਂ, ਤਾਂ ਮੈਨੂੰ ਲੱਗਦਾ ਪਹਿਲਾਂ ਹੀ ਤੁਸੀਂ ਵਿਸ਼ਾ ਸਮਝ ਕੇ ਕਿ ਮੈਂ ਕਿਹੜਾ ਰੱਖਣਾ, ਪਰ ਵਿਸ਼ਾ ਮੈਂ ਅਜੇ ਵੀ ਉਦੋਂ ਬਾਅਦ ਦੱਸੂੰਗਾ ਬ੍ਰੇਕ ਤੋਂ। ਅਸਲ ਦੇ ਵਿੱਚ ਦਵਿੰਦਰ ਹੋਠੀ ਸਾਡੇ ਨਾਲ ਜੁੜੇ ਨੇ, ਮੇਰਾ ਵਿਸ਼ਾ ਅੱਜ ਕੀ ਹੋਏਗਾ, ਇੱਕ ਵੀਡੀਓ ਤੁਹਾਨੂੰ ਛੋਟੀ ਜਿਹੀ ਮੈਂ ਪਹਿਲਾਂ ਦਿਖਾਉਣਾ, ਉਹ ਵੀਡੀਓ ਦੇਖੋ। ਅਤੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸਾਡਾ ਕੋਈ ਮਕਸਦ ਨਹੀਂ ਹੈਗਾ, ਕੋਈ ਮਤਲਬ ਨਹੀਂ, ਕੋਈ ਇੱਛਾ ਨਹੀਂ ਹੈਗੀ। ਜਸਟ ਇੱਕ ਤਾਂ ਤੁਸੀਂ ਇਹ ਸਮਝੋ ਵੀ ਅਸੀਂ ਅਵੇਅਰ ਕਰਨ ਵਾਸਤੇ ਗੱਲ ਕਰਦੇ ਹਾਂ, ਦੂਜਾ ਅਸੀਂ ਗੱਲ ਕਰਦੇ ਹਾਂ ਐਂਟਰਟੇਨਮੈਂਟ ਵਾਸਤੇ। ਪਹਿਲਾਂ ਤਾਂ ਐਂਟਰਟੇਨਮੈਂਟ ਕਰੋ ਜੀ, ਅਵੇਅਰ ਬਾਅਦ 'ਚ ਹੋਵਾਂਗੇ। ਦਿਖਾਓ ਜਿੰਮੀ ਸਾਹਿਬ ਵੀਡੀਓ। ਲਓ ਜੀ, ਜਿਮੀ ਸਾਹਿਬ ਨਾਲ ਨਾਲ ਹੱਸ ਰਹੇ ਸੀ ਅਤੇ ਨਾਲ ਕਹਿੰਦਾ ਸੀ ਕਿ ਮੈਂ ਵੀ ਬਾਬਾ ਬਣ ਜਾਣਾ, ਇੰਨੇ ਨਜ਼ਾਰੇ ਬਾਬਿਆਂ ਦੇ। ਅਤੇ ਨਾਲ ਦੀ ਨਾਲ ਇੱਕ ਹੋਰ ਗੱਲ ਹੌਲੀ ਦੇਣੀ ਕਹੀ ਸੀ ਕਿ ਜੇ ਮੈਂ ਉੱਥੇ ਹੁੰਦਾ ਤਾਂ ਮੈਂ ਦਰਖਤ 'ਤੇ ਚੜ੍ਹ ਕੇ ਰੱਸੀ ਕੱਢ ਦੇਣੀ ਸੀ, ਬਾਬੇ ਵਾਲਾ ਕੰਮ ਨਿਬੇੜ ਦੇਣਾ ਸੀ। ਇਹ ਹੱਸਣ ਵਾਲੀ ਗੱਲ ਚਲੋ ਹੈਗੀ ਆ, ਹਾਸਾ ਸਾਨੂੰ ਆਉਂਦਾ ਹੈ, ਪਰ ਇਹ ਹੱਸਣ ਵਾਲੀ ਗੱਲ ਜ਼ਿਆਦਾ ਨਹੀਂ ਹੈਗੀ, ਸੋਚਣ ਵਾਲੀ ਗੱਲ ਜ਼ਿਆਦਾ। ਇਹੋ ਜਿਹਾ ਹੀ ਵਿਸ਼ਾ ਜੋ ਹੋਏਗਾ, ਇਹੋ ਜਿਹੇ ਵਿਸ਼ੇ 'ਤੇ ਹੋਠੀ ਸਾਹਿਬ ਕੀ ਕਹਿੰਦੇ ਨੇ, ਦਵਿੰਦਰ ਹੋਠੀ ਪਹਿਲਾਂ ਉਹਨਾਂ ਦੀ ਗੱਲ ਕਰਦੇ ਆ। ਦਵਿੰਦਰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਭਾਅ ਜੀ, ਥੈਂਕ ਯੂ। ਅਤੇ ਅੱਜ ਕਿੱਦਾਂ, ਪਹਿਲਾਂ ਬਾਬੇ ਬਾਬੇ, ਪਹਿਲਾਂ ਬਾਂਦਰ ਬਾਂਦਰਾਂ ਤੋਂ ਬਾਅਦ ਸਿੱਧੇ ਬਾਬੇ ਬਾਂਦਰ ਹੋ ਗਿਆ, ਬਾਬਾ ਬਾਬੇ ਤੇ ਬਾਬਾ ਬਾਂਦਰ, ਬਾਬਾ ਬਾਬੇ ਬਾਬਾ ਬਾਂਦਰ, ਤੇ ਕਿੱਧਰ ਬਾਂਦਰਾਂ ਤੋਂ ਇੱਧਰਲੇ ਪਾਸੇ ਅੰਦਰ ਪਏ। ਨਹੀਂ ਇਹ ਨਾ ਮੈਨੂੰ, ਮੈਂ ਜਿੰਨੀ ਕਈਆਂ ਨੇ ਦਿਖਾਈ ਵੀਡੀਓ, ਕਈਆਂ ਨੇ ਮੈਨੂੰ ਭੇਜੀ, ਕਈਆਂ ਨੇ ਭੇਜੀ, ਕਈਆਂ ਨੇ ਮੈਨੂੰ ਵਟਸਐਪ ਕਰਕੇ ਭੇਜੀ ਜੀ ਇਹ ਇਹੋ ਜਿਹਾ ਵਿਸ਼ਾ ਚੱਕੋ, ਇਹ ਚੱਕਣ ਦੀ ਲੋੜ ਹੈਗੀ ਆ। ਔਰ ਮੇਰਾ ਖਿਆਲ ਹੈ ਵੀ ਇਹ ਸ਼ਾਇਦ ਹਰਿਆਣੇ ਦੇ ਕਿਸੇ ਪਿੰਡ ਦੀ ਵੀਡੀਓ ਹੈਗੀ, ਤਾਂ ਹੈਗੇ ਪੰਜਾਬੀ ਨੇ ਸਾਰੇ, ਬੀਬੀਆਂ ਪੰਜਾਬੀ ਨੇ। ਹਾਂ ਮੈਂ ਇਹ ਲੱਗਾ ਸੀ ਪੁੱਛਣਾ ਸੀ, ਪਤਾ ਲੱਗਾ ਕੁਛ ਵੀਡੀਓ ਕਿੱਥੇ ਦੀ ਆ। ਠੀਕ ਹੈ, ਇਹ ਹਰਿਆਣੇ ਦੀ ਆ, ਹਰਿਆਣੇ ਦੇ ਪਿੰਡ ਦੀ ਹੈ ਕਿਸੇ ਦੀ। ਅਤੇ ਪਰ ਦੇਖੋ ਜੀ, ਪਲਿਆ ਹੋਇਆ ਸਾਧ ਚੰਗਾ, ਸਾਧ ਮਾੜਾ ਕਿਹੜਾ ਹੁੰਦਾ, ਫਲ ਪਏ ਹੁੰਦੇ ਨਹੀਂ ਜਿਹੜੇ ਅਸਲੀ ਅਸਲੀ ਫੱਕਰ ਸੋਈ ਜਿਹਨੂੰ ਫਿਕਰ ਨਾ ਕੋਈ, ਜਿਹੜੇ ਅਸਲੀ ਰੱਬ ਦੇ ਭਗਤ ਨੇ ਉਹ ਉਹ ਉਹਨਾਂ ਦਾ ਆਡੀ ਪਤਾ ਲੱਗ ਜਾਂਦਾ ਹੈ। ਉਹ ਡੇਰ ਲੈਂਦੇ ਨੇ ਕੁੜੀਆਂ 'ਚ ਹੁੰਦੇ ਉਹ, ਜਿੱਦਾਂ ਪੀਂਘਾਂ ਨਹੀਂ ਝੂਟਦੇ, ਮੈਂ ਤਾਂ ਕਹਿੰਦਾ ਸੀ ਗਾਣਾ ਲਾਉਂਦੇ ਆ ਜਾ ਭਾਬੀ ਝੂਟ ਲੈ ਪੀਂਘ ਹਲਾਰੇ ਲੈਂਦੀ, ਉਹ ਕਹਿੰਦੀ ਮੈਂ ਨਾ ਅਮਰ ਸਿੰਘ ਸ਼ੌਂਕੀ ਦਾ ਮੈਂ ਨਾ ਦਿਓਰਾ 'ਚ ਝੂਟ ਦੀ ਪਿੰਡ 'ਚ ਭੰਗੀ ਭੰਡੀ ਪੈਂਦੀ, ਮੇਰੇ ਠੀਕ ਝੂਟ ਦੀ ਨੂੰ ਅੱਗ ਦੇ ਜਾ ਇੱਕ ਹਲਾਰਾ। ਵਾਹ 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 ਵਾਹ, ਰੱਬ ਹੀ ਜਾਣੇ ਜੀ ਕੀ ਕੀ ਹੈਗਾ। ਹਾਂਜੀ, ਜਿੱਦਾਂ ਤੁਸੀਂ ਗੱਲ ਸ਼ੁਰੂ ਕੀਤਾ ਫਿਰ ਬਾਂਦਰਾਂ ਤੋਂ ਮੁੜ ਕੇ ਬਾਬੇ ਤੋਂ, ਮੈਨੂੰ ਇੱਕ ਗੱਲ ਕੀਤੀ ਆ ਜੀ, ਇਹ ਜਿਹੜੇ ਬਾਬੇ ਹੁੰਦੇ ਨਾ ਭਾਜੀ ਬਹੁਤ ਤੇਜ਼ ਹੁੰਦੇ ਆ। ਜੇ ਤੇਜ਼ ਹੁੰਦਾ ਬਾਬਾ ਤਾਂ ਹੀ ਬਣਦਾ, ਲੀਡਰ ਹੋਇਆ ਬਾਬਾ ਹੋਇਆ, ਮਾੜਾ ਆਮ ਬੰਦਾ ਬਣ ਨਹੀਂ ਸਕਦਾ। ਕਿਸੇ ਬਾਬੇ ਨੂੰ ਨਾ ਡੇਰਾ ਖੋਲਣ ਨੂੰ ਉਹਦਾ ਕੰਮ ਮਾੜਾ ਜਿਹਾ ਚੱਲ ਗਿਆ, ਉਹਨੂੰ ਡੇਰਾ ਖੋਲਣ ਲਈ ਥਾਂ ਚਾਹੀਦਾ ਸੀ। ਅੱਛਾ,
ਤੇ ਉੱਥੇ ਇੱਕ ਡਿਸਪੈਂਸਰੀ ਸੀਗੀ ਤੇ ਹੁਣ ਦੇਖਿਆ ਬਾਬੇ ਨੇ ਇੱਥੇ ਮੇਰਾ ਡੇਰਾ ਡਿਸਪੈਂਸਰੀ ਆਏ ਥਾਂ ਤੇ ਠੀਕ ਹੈ ਅੱਛਾ ਤੇ ਪਰ ਉਹ ਡਿਸਪੈਂਸਰੀ ਨੂੰ ਮੂਵ ਕਿੱਦਾਂ ਕਰਾਵੇ ਲੋਕੀ ਬਾਬੇ ਦੇ ਮਗਰ ਵੀ ਬੜੇ ਤੇ ਲੋਕੀ ਡਿਸਪੈਂਸਰੀ ਮਗਰ ਵੀ ਬੜੇ ਚਲੋ ਲੋਕਾਂ ਨੇ ਰੱਖ ਲਿਆ ਮੈਚ ਜਾਂ ਤੇ ਜਿਹੜਾ ਡਾਕਟਰ ਨੂੰ ਫੇਲ ਕਰ ਦੂ ਨਾ ਜਾਂ ਬਾਬਾ ਫਿਰ ਕਿਹਦੇ ਪਿੱਛੇ ਲੋਕੀ ਲੱਗਦੇ ਆ ਬਾਬਾ ਚਲਾ ਗਿਆ ਡਾਕਟਰ ਦੇ ਕੋਲ ਡਿਸਪੈਂਸਰੀ ਚ ਕਹਿੰਦਾ ਡਾਕਟਰ ਸਾਹਿਬ ਮੈਨੂੰ ਦਵਾਈ ਚਾਹੀਦੀ ਆ ਡਾਕਟਰ ਨੂੰ ਪਤਾ ਸੀ ਬਾਬਾ ਗੇਮ ਤੇ ਆਇਆ ਉਹ ਕਹਿੰਦਾ ਕਾਹਦੀ ਦਵਾਈ ਚਾਹੀਦੀ ਆ ਕਹਿੰਦਾ ਵੀ ਮੇਰੇ ਸੁਪਨੇ ਚ ਆ ਗਏ ਨਾ ਕਹਿੰਦਾ ਰੋਜ਼ ਬਾਂਦਰ ਫੁੱਟਬਾਲ ਖੇਡਦੇ ਆ ਤੇ ਡਾਕਟਰ ਸਮਝ ਗਿਆ ਡਾਕਟਰ ਕਹਿੰਦਾ ਬਸ ਇੰਨਾ ਹੀ ਕੰਮ ਆ ਅੱਜ ਚੱਕ ਕਹਿੰਦਾ ਦਵਾਈ ਤੇ ਅੱਜ ਖਾ ਲਈ ਤੇ ਕਹਿੰਦਾ ਤੇਰੇ ਬਾਂਦਰ ਨਹੀਂ ਖੇਲਣਗੇ ਬਾਬਾ ਕਹਿੰਦਾ ਅੱਛਾ ਅੱਜ ਨਹੀਂ ਖਾਣੀ ਕਹਿੰਦਾ ਕੱਲ ਤੋਂ ਖਾਊਂਗਾ ਕਹਿੰਦਾ ਕਿਉਂ ਕਹਿੰਦਾ ਅੱਜ ਬਾਂਦਰਾਂ ਦਾ ਫਾਈਨਲ ਮੈਚ ਆ ਦੇਖ ਲਵਾਂ ਵੈਸੇ ਦਵਿੰਦਰ ਸਾਡੇ ਦਰਸ਼ਕ ਭਲੀ ਭਾਂਤ ਜਾਣਦੇ ਨੇ ਸਿਆਣੇ ਨੇ ਕਿਸੇ ਵੀ ਕੰਮ ਨੂੰ ਅਸੀਂ ਸ਼ੁਰੂ ਕਰਨਾ ਕੋਈ ਵੀ ਕੰਮ ਛੋਟਾ ਮੋਟਾ ਚਾਹੇ ਸ਼ੁਰੂ ਕਰਨਾ ਉਹ 'ਤੇ ਮਾੜੀ ਮੋਟੀ ਇਨਵੈਸਟਮੈਂਟ ਜ਼ਰੂਰ ਹੁੰਦੀ ਆ ਇੱਕੋ ਇੱਕ ਬਿਜ਼ਨਸ ਹੈਗਾ ਇੱਕੋ ਇੱਕ ਦੁਨੀਆ ਦੇ ਵਿੱਚ ਬਿਜ਼ਨਸ ਹੈਗਾ ਜਿਹਦੇ 'ਤੇ ਕੋਈ ਇਨਵੈਸਟਮੈਂਟ ਨਹੀਂ ਅਤੇ ਮਾਲ ਮੋਟਾ ਆਉਂਦਾ ਇਉਂ ਕਹਿ ਲਓ ਉਹ ਕਿਹੜੀ ਹੈ ਨਾ ਹਿੰਗ ਲੱਗੇ ਨਾ ਫਟਕੜੀ ਅਤੇ ਰੰਗ ਚੋਖਾ ਉਹ ਇਸੇ ਬਿਜ਼ਨਸ 'ਚ ਹੀ ਹੈ ਬਾਬਿਆਂ ਦੇ ਅੱਛਾ ਜਿੰਮੀ ਕਹਿੰਦਾ ਮੇਰਾ ਦਿਲ ਕਰਦਾ ਮੈਂ ਉੱਥੇ ਹੁੰਦਾ ਮੈਂ ਉੱਤੋਂ ਰੱਸੀ ਵੱਢ ਦੇਣੀ ਸੀ ਬਹੁਤ ਅਵੇਅਰਨੈਸ ਹੈਗੀ ਆ ਅੱਜ ਦੇ ਸਮੇਂ ਦੇ ਵਿੱਚ ਬਹੁਤ ਨਵੇਂ ਮੁੰਡੇ ਕੁੜੀਆਂ ਜਿੰਨੇ ਨੇ ਪੜ੍ਹੇ ਲਿਖੇ ਉਹ ਅਵੇਅਰਨੈਸ ਹੈਗੀ ਆ ਪਰ ਅਜੇ ਵੀ ਮੇਰਾ ਖਿਆਲ ਆ ਵੀ ਭਾਰਤ ਦਾ ਲਾ ਲਓ ਹਿਸਾਬ ਚਾਹੇ ਪੰਜਾਬ ਦਾ ਲਾ ਲਓ ਵੀ ਬੰਦਾ ਬੇਵਕੂਫ ਬਣਾਉਣ ਵਾਲਾ ਚਾਹੀਦਾ ਦੁਨੀਆ ਬਣਨ ਨੂੰ ਬੈਠੀ ਸਾਰੀ ਮੈਂ ਹਜੇ ਹੋਰ ਦੋ ਤਿੰਨ ਗੱਲਾਂ ਦੱਸੂਗਾ ਬਾਅਦ ਦੇ ਵਿੱਚ ਹਜੇ ਇਹਦੇ ਨਾਲ ਜੁੜਦੀਆਂ ਹੋਈਆਂ ਜੀ ਪਹਿਲਾਂ ਤੁਸੀਂ ਕਵਿਤਾ ਸੁਣਾਓ ਹਾਂਜੀ ਬਾਕੀ ਮੈਂ ਕਿਹਾ ਜਿੰਮੀ ਭਾਜੀ ਨੇ ਤਾਂ ਰੱਸੀ ਕੱਟ ਹੀ ਦਿੱਤੀ ਵੀਡੀਓ ਚਲਾ ਕੇ ਪਿੱਛੇ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਵੀਡੀਓ ਦਿਖਾਤੀ ਰੱਸੀ ਕੱਟੀ ਗਈ ਕੱਟੀ ਨਹੀਂ ਠੀਕ ਹੈ ਚਲੋ ਮੈਂ ਗੱਲ ਕਰਦਾ ਕਹਿੰਦਾ ਸੁਣ ਲਓ ਸੱਚ ਸੁਣਾਵਾਂ ਮੈਂ ਗੱਪਾਂ ਦੀ ਮੰਡੀ ਦਾ ਸੁਣ ਲਓ ਸੱਚ ਸੁਣਾਵਾਂ ਮੈਂ ਗੱਪਾਂ ਦੀ ਮੰਡੀ ਦਾ ਉਹ ਢਾਬ ਦੇ ਲਾਗੇ ਡੇਰਾ ਸਾਧ ਪਖੰਡੀ ਦਾ ਤੇ ਬਾਬਾ ਕਰਦਾ ਗਿਆ ਕਹਿੰਦਾ ਧੂਣੀ ਲਾ ਕੇ ਕਰਦਾ ਖੇਖਣ ਲੋਕੀ ਦੂਰੋਂ ਦੋ ਆਉਂਦੇ ਦੇਖਣ ਧੂਣੀ ਲਾ ਕੇ ਕਰਦਾ ਖੇਖਣ ਲੋਕੀ ਦੂਰੋਂ ਆਉਂਦੇ ਦੇਖਣ ਫੜ ਫੜ ਪੈਰ ਤੇ ਮੱਥੇ ਟੇਕਣ ਕੋਈ ਆਟਾ ਚੜਾਵੇ ਕੋਈ ਬੇਸਰਨ ਲੱਗੀ ਧੂਣੀ ਬਾਬੇ ਦੀ ਫੇਕਣ ਕਹਿੰਦਾ ਕਰਦੇ ਬੜਾ ਸਤਿਕਾਰ ਉਹ ਬਾਬੇ ਦੀ ਝੰਡੀ ਦਾ ਉਹ ਢਾਬ ਦੇ ਲਾਗੇ ਡੇਰਾ ਸਾਧ ਪਖੰਡੀ ਦਾ ਤੇ ਕਹਿੰਦੇ ਬਾਬਾ ਕਿੱਦਾਂ ਦਾ ਕਹਿੰਦਾ ਖਾ ਖਾ ਫਿੱਟਿਆ ਜਿੱਦਾਂ ਝੋਟਾ ਚੌੜੀਆਂ ਨਾਸਾਂ ਤੇ ਢਿੱਡ ਮੋਟਾ ਤੇ ਕੱਦ ਦਾ ਕਹਿੰਦਾ 5 ਫੁੱਟ ਤੋਂ ਵੀ ਛੋਟਾ ਅੱਛਾ ਬੰਦੇ ਤੇ ਬੰਦੀ ਦਾ ਉਹ ਢਾਬ ਦੇ ਲਾਗੇ ਡੇਰਾ ਸਾਧ ਪਖੰਡੀ ਦਾ ਤੇ ਕਹਿੰਦਾ ਵੀ ਬਾਬੇ ਦਾ ਬਹੁਤ ਹੀ ਵੱਡਾ ਡੇਰਾ ਪੂਰਾ ਬਣਿਆ ਚਾਰ ਚਫੇਰਾ ਜਿਹੜਾ ਅੰਦਰ ਆ ਜਾਏ ਕਿਹੜਾ ਬਾਬਾ ਕਰਦਾ ਹੈ ਉੱਥੇ ਮੇਰਾ ਤੋਲੇ ਘੱਟ ਦੱਸੇ 13 ਤੇ ਜੇ ਕੋਈ ਮੂਹਰੇ ਬੋਲੇ ਤਾਂ ਮਾਰੇ ਝੇੜਾ ਜਾਂ ਭਜਾ ਦੇਵੇ ਮਾਰ ਕੇ ਚਪੇੜਾਂ ਉੱਤੋਂ ਡਰਾਵਾ ਦਿੰਦਾ ਚੰਡੀ ਦਾ ਉਹ ਢਾਬ ਦੇ ਲਾਗੇ ਡੇਰਾ ਸਾਧ ਪਖੰਡੀ ਦਾ ਤੇ ਬਾਬਿਆਂ ਦੀ ਹੋਰ ਕੁਆਲਿਟੀ ਆ ਕਹਿੰਦਾ ਹੁਣ ਤਾਂ ਮੰਤਰੀ ਜੀ ਵੀ ਆਉਂਦੇ ਉਹ ਵੀ ਬਾਬੇ ਦੇ ਗੁਣ ਗਾਉਂਦੇ ਕਹਿੰਦਾ ਤੇ ਆ ਕੇ 32 ਲਾਲ ਕਾਰ ਤੇ ਲਾਉਂਦੇ ਬਾਬੇ ਦੀ ਕਾਰ ਤੇ ਹੁਣ ਤਾਂ ਮੰਤਰੀ ਜੀ ਵੀ ਆਉਂਦੇ ਉਹ ਵੀ ਬਾਬੇ ਦੇ ਗੁਣ ਗਾਉਂਦੇ 32 ਲਾਲ ਕਾਰ ਤੇ ਲਾਉਂਦੇ ਫਿਰ ਸਾਧ ਨੂੰ ਸਾਨ ਬਣਾਉਂਦੇ ਵੋਟਾਂ ਵੇਲੇ ਗੇੜੇ ਲਾਉਂਦੇ ਉਹ ਬਾਬੇ ਦੀ ਮੰਡੀ ਦਾ ਉਹ ਪਟਿਆਬ ਦੇ ਲਾਗੇ ਡੇਰਾ ਸਾਧ ਪਖੰਡੀ ਦਾ ਤੇ ਆਖਰੀ ਸ਼ੇਰ ਹੈ ਕਹਿੰਦਾ ਵੀ ਪਿੰਡਿਓ ਨੰਗਾ ਤੇ ਤੇਲ ਲਗੋਟੀ ਹੁੰਦਾ ਸਾਰਾ ਕੁਛ ਡਰਾਮਾ ਪਿੰਡਿਓ ਨੰਗਾ ਤੇਲ ਲਗੋਟੀ ਪੈਰੀ ਪੈਂਦੇ ਆ ਲੋਕੀ ਕੋਈ ਗਾਂ ਚੜਾਦਾ ਕੋਈ ਝੋਟੀ ਤੇ ਨਵੀਂ ਓਡੀ ਬਾਹਰ ਖਲੋਤੀ ਕਹਿੰਦਾ ਲੋਕੀ ਕਹਿੰਦਾ ਪਿੰਡ ਨੰਗਾ ਤੇਲ ਲਗੋਟੀ ਮੱਥੇ ਆ ਟੇਕਣ ਲੋਕੀ ਨਵੀਂ ਓਡੀ ਬਾਹਰ ਖਲੋਤੀ ਗੱਲਾਂ ਸੱਚੀਆਂ ਦੱਸਦਾ ਹੋਠੀ ਪੂਰੀ ਨੀਤ ਬਾਬੇ ਦੀ ਖੋਟੀ ਉਹਨੂੰ ਫਿਕਰ ਨਾ ਭੰਡੀ ਦਾ ਉਹ ਪਰਲੀ ਢਾਬ ਦੇ ਲਾਗੇ ਡੇਰਾ ਸਾਧ ਪਖੰਡੀ ਦਾ ਪਰਲੀ ਢਾਬ ਦੇ ਲਾਗੇ ਡੇਰਾ ਸਾਧ ਪਖੰਡੀ ਦਾ ਅੱਛਾ ਉਹ ਤਾਂ ਡੇਰੇ ਸੀ ਨਾ ਪਹਿਲਾਂ ਹਾਂਜੀ ਹੁਣ ਸੰਸਦ ਦੇ ਵਿੱਚ ਵੀ ਆਪਾਂ ਕਹਿ ਦਿੰਦੇ ਵੀ ਫਕਰ ਸੋਈ ਜੀ ਨੂੰ ਫਿਕਰ ਹੋ ਗਈ ਅਸੀਂ ਜਿਹੜੇ ਇਹੋ ਜਿਹੇ ਲੋਕਾਂ ਨੇ ਸਾਧ ਅਸਲੀ ਸਾਧ ਦਾ ਮਤਲਬ ਜਿਹੜਾ ਅਸਲੀ ਸਾਧ ਅਸਲੀ ਸੰਤ ਲਫ਼ਜ਼ ਕਿੰਨੇ ਪਵਿੱਤਰ ਨੇ ਕਿੰਨੇ ਪਵਿੱਤਰ ਨੇ ਉਹਨਾਂ ਨੂੰ ਵੀ ਇਹਨਾਂ ਨੇ ਮਿੱਟੀ 'ਚ ਰੋਲਤਾ ਇਹਨਾਂ ਦੀ ਆੜ ਥੱਲੇ ਅਸਲੀ ਜਿਹੜੇ ਹੈਗੇ ਨੇ ਉਹ ਤਾਂ ਕੁਛ ਬੋਲਦੇ ਨਹੀਂ ਉਹਨਾਂ ਦਾ ਵੀ ਹੈਗਾ ਹੁਣ ਸਾਧ ਦੀ ਅਸੀਂ ਗੱਲ ਕਰਦੇ ਸੀ ਸਾਧ ਦੀ ਗੱਲ ਕਰਦੇ ਵੀ ਉਹ ਤਾਂ ਬਾਹਰ ਡੇਰਾ ਦੀ ਗੱਲ ਕਰਦੇ ਜਾਂ ਬਾਹਰ ਝੋਂਪੜੀ ਦੀ ਗੱਲ ਕਰਦੇ ਹੁਣ ਤਾਂ ਸੰਸਦ ਦੇ ਵਿੱਚ ਯੂਪੀ ਦੇ ਕਿੰਨੇ ਹੈਗੇ ਨੇ ਬਾਬੇ ਆਪਣੇ ਜਿਹੜੇ ਧਰਮ ਨਾਲ ਸੰਬੰਧਿਤ ਹੈਗੇ ਨੇ ਜਾਂ ਵੈਸੇ ਹੈਗੇ ਨੇ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਾ ਗੱਲ ਘੁੰਮ ਘੁਮਾ ਦੀ ਉੱਥੇ ਹੁੰਦੀ ਆ ਜਿਹੜਾ ਸੰਤ ਹੈ ਉਹ ਤਾਂ ਸੰਤ ਹੈ ਹੀ ਬਾਕੀ ਜਿਹੜੇ ਬਾਬੇ ਜਾਂ ਨੇਤਾ ਨਾ
ਇਹ ਗੱਲ ਤੇ ਉੱਥੇ ਠੱਗੀ ਦੇ ਜਾਂਦੀ ਤਾਂ ਚੇਤਾ ਆਪਣੀ ਪੁਰਾਣੀ ਕਵਿਤਾ ਕਿ ਮੈਂ ਇੱਕ ਸ਼ੇਰ ਤੁਹਾਨੂੰ ਸੁਣਾਉਣਾ ਕੋਈ ਸ਼ੇਰ ਉਹਦਾ ਸਾਰੀ ਨਹੀਂ ਸੁਣਾਉਂਦਾ ਕਹਿੰਦਾ ਠੱਗਾਂ ਦੇ ਨੇ ਤਾਂ ਨਵੇਂ ਬਹਾਨੇ ਲੱਭੀ ਜਾ ਦੁਨੀਆਂ ਠੱਗ ਹੋਣ ਨੂੰ ਤਿਆਰ ਬੈਠੀ ਤੂੰ ਠੱਗੀ ਜਾ ਕਹਿੰਦਾ ਜਾਂ ਤੂੰ ਬਣ ਜਾ ਸਾਧ ਪਖੰਡੀ ਜਾਂ ਬਣ ਜਾ ਕੋਈ ਨੇਤਾ ਸਾਰੇ ਦੇਸ਼ ਦਾ ਆਪਣੇ ਹੱਥ ਚ ਕਰ ਲਾ ਬਜਰੀ ਰੇਤਾ ਜਾਂ ਤੂੰ ਪਾ ਕੇ ਲੰਬਾ ਚੋਲਾ ਖੋਲ ਲਾ ਮਿੱਤਰਾ ਡੇਰਾ ਦੇਖੀ ਕਿੱਦਾਂ ਦੂਰ ਦੂਰ ਤੱਕ ਵਿਕਦਾ ਫੁੱਦਾ ਤੇਰਾ ਹਰ ਖੇਤਰ ਵਿੱਚ ਆਪਣਾ ਝੰਡਾ ਗੱਡੀ ਜਾ ਦੁਨੀਆਂ ਠੱਗ ਹੋਣ ਨੂੰ ਬੈਠੀ ਜਾ ਬੋਲੋ ਮੈਂ ਇਹੀ ਦੱਸਣਾ ਵੀ ਉਹ ਚਾਹੇ ਸੰਸਦ ਦੇ ਵਿੱਚ ਹੈਗਾ ਆ ਚਾਹੇ ਉਹ ਡੇਰੇ ਦੇ ਵਿੱਚ ਬੈਠੇ ਕਿਤੇ ਵੀ ਆ ਕੰਮ ਉਹਨਾਂ ਦਾ ਉਹੀ ਆ ਜਿਹੜਾ ਉਹਨਾਂ ਦਾ ਪੱਕਾ ਕੰਮ ਹੈ ਇੱਥੇ ਜਾਂਦਾ ਆਪਾਂ ਗੱਲ ਕੀਤੀ ਸੀ ਨਾ ਬਾਂਦਰ ਬਾਬਾ ਦੀ ਤੁਸੀਂ ਗੱਲ ਕੀਤੀ ਮੇਰੇ ਗੱਲ ਚੇਤੇ ਆ ਗਈ ਮੈਂ ਚੇਤੇ ਨਹੀਂ ਆ ਗਈ ਮੈਂ ਮੰਗਲਵਾਰ ਮੈਂ ਫੋਟੋ ਦਿਖਾਈ ਸੀ ਇੱਕ ਅੱਛਾ ਜੀ ਮੇਰਠ ਦੀ ਸੀ ਯੂਪੀ ਦੀ ਅੱਛਾ ਜੀ ਤੇ ਉਹ ਬਾਬੇ ਦਾ ਨਾਂ ਪਤਾ ਕੀ ਸੀ ਹਾਂਜੀ ਬੰਦਰੀਆ ਬਾਬਾ ਬੰਦਰੀਆ ਬਾਬਾ ਮੇਰਠ ਦੇ ਵਿੱਚ ਨਾ ਉਹਦਾ ਕਾਰਨ ਵੀ ਸੁਣੋ ਨਾ ਬੰਦਰੀਆ ਬਾਬਾ ਉਹਨੂੰ ਤਾਂ ਕਹਿੰਦੇ ਸੀ ਉਹ ਦਰਖਤ ਦੇ ਉੱਪਰ ਹੀ ਰਹਿੰਦਾ ਸੀ ਉੱਥੇ ਹੀ ਸੌਂਦਾ ਸੀ ਦਰਖਤ ਦੇ ਉੱਪਰ ਟੌਪ ਤੇ ਉੱਥੇ ਹੀ ਖਾਣਾ ਪੀਣਾ ਉੱਥੇ ਹੀ ਉਹਨੇ ਭਗਤੀ ਜੋ ਪਾਠ ਪੂਜਾ ਕਰਦਾ ਕੁਛ ਕਰਦਾ ਤੇ ਉਹ ਕਦੇ ਵੀ ਬਾਂਦਰ ਵਾਂਗੂ ਪੂਸੀ ਮਾਰ ਕੇ ਚੜ ਜਾਂਦਾ ਉੱਤੇ ਤੇ ਉਹਨੂੰ ਲੋਕੀ ਦੂਰੋਂ ਦੂਰੋਂ ਦੇਖਣ ਆਉਂਦੇ ਦੂਰੋਂ ਦੂਰੋਂ ਫੋਟੋਆਂ ਖਿੱਚਦੇ ਨੇ ਮੈਂ ਫੋਟੋ ਦਿਖਾਈ ਸੀ ਪਰਸੋਂ ਮੰਗਲਵਾਰ ਹਾਂ ਬੰਦਰੀਆ ਬਾਬਾ ਨਾ ਹੀ ਉਹਦਾ ਬੰਦਰੀਆ ਬਾਬਾ ਤੇ ਮੈਂ ਤਾਂ ਚਲੋ ਬਾਂਦਰ ਬਾਬਾ ਬਣਾ ਤਾ ਚਲੋ ਦਵਿੰਦਰ ਬਹੁਤ ਮਿਹਰਬਾਨੀ ਬਾਕੀ ਕੱਲ ਨੂੰ ਮੈਂ ਆਉਣਾ ਉਧਰ ਤੇ ਪਰ ਸੰਡੇ ਵੀ ਆਉਣਾ ਮਿਲਦੇ ਗੱਲ ਦੇ ਤੁਹਾਡੇ ਬੇ ਏਰੀਆ ਚ ਹਾਂਜੀ ਹਾਂਜੀ ਹੁੰਦੀ ਹੁੰਦੀ ਮੁਲਾਕਾਤ ਕੱਲ ਨੂੰ ਹੁੰਦੀ ਮੁਲਾਕਾਤ ਵੀ ਜੀ ਠੀਕ ਹੈ ਚਲੋ ਬੜੀ ਮਿਹਰਬਾਨੀ ਜੀ ਬੜੀ ਮਿਹਰਬਾਨੀ ਥੈਂਕ ਯੂ ਭਾਜੀ ਥੈਂਕ ਯੂ ਜੀ ਗੱਲਾਂ ਬਾਤਾਂ ਸਿਲਸਿਲਾ ਚੱਲ ਰਿਹਾ ਦਵਿੰਦਰ ਹੋਠੀ ਨਾਲ ਵੀ ਗੱਲਬਾਤ ਹੋ ਗਈ ਹੈ ਤੁਹਾਡੀਆਂ ਕਾਲਾਂ ਵੀ ਕੁਛ ਆ ਰਹੀਆਂ ਨੇ ਅਤੇ ਬਾਕੀ ਆਪਾਂ ਇਹ ਜਿਹੜੀ ਵੀਡੀਓ ਦੇਖੀ ਆ ਮੇਰਾ ਖਿਆਲ ਨਹੀਂ ਕਿ ਦੁਬਾਰਾ ਦਿਖਾਉਣ ਦੀ ਜ਼ਰੂਰਤ ਪਏਗੀ ਮੈਂ ਇਸੇ ਨੂੰ ਅੱਗੇ ਕੰਟੀਨਿਊ ਕਰਕੇ ਗੱਲਾਂ ਬਾਤਾਂ 3,000 ਜਿਹੜੀਆਂ ਹੈਗੀਆਂ ਦੁਨੀਆ ਠੱਗ ਹੋਣ ਨੂੰ ਫਿਰਦੀ ਮਿੱਤਰਾ ਠੱਗੀ ਜਾ ਇਹ ਚੀਜ਼ ਹੀ ਸਮਝੋ ਅੱਜ ਦਾ ਆਪਣਾ ਵਿਸ਼ਾ ਹੈਗਾ ਮੈਂ ਦੋ ਤਿੰਨ ਕਰੰਟ ਚੀਜ਼ਾਂ ਹੁਣ ਜਿਹੜੀਆਂ ਹੋਈਆਂ ਨੇ ਹਜੇ ਇਹੋ ਜਿਹੀਆਂ ਹੀ ਉਹ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਹੋ ਸਕਦਾ ਤੁਹਾਨੂੰ ਪਤਾ ਹੋਵੇ ਹੋ ਸਕਦਾ ਨਾ ਪਤਾ ਹੋਵੇ ਦੋ ਤਿੰਨ ਜਮ੍ਹਾਂ ਤਾਜ਼ੀਆਂ ਤਾਜ਼ੀਆਂ ਇੱਕ ਤਾਂ ਮੈਂ ਉਹਦੇ ਨੂੰ ਸਾਂਝੀ ਵੀ ਕੀਤੀ ਸੀਗੀ ਜਿਹੜੀ ਉਹ ਲੱਡੂਆਂ ਵਾਲੀ ਬਾਬੇ ਦੇ ਚੱਕਰ ਦੇ ਵਿੱਚ ਮੰਗਲਵਾਰ ਉਹ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਲੱਡੂਆਂ ਦੇ ਚੱਕਰ 'ਚ ਬਾਬੇ ਦੇ ਚੱਕਰ 'ਚ ਤਲਾਕ ਹੋ ਗਿਆ ਘਰ ਵਾਲੀ ਨਾਲ ਪੰਗਾ ਇਹੋ ਜਿਹਾ ਇਹੋ ਜਿਹੀਆਂ ਗੱਲਾਂ ਬਾਤਾਂ ਅੱਜ ਕਰਾਂਗੇ ਮੁੱਖ ਦੀ ਗੱਲ ਇਹ ਹੈ ਕਿ ਜਿਹੜੇ ਠੱਗ ਬਾਬੇ ਹੈਗੇ ਉਹਨਾਂ ਤੋਂ ਅਵੇਅਰ ਕਰਨ ਦੀ ਅੱਜ ਫਿਰ ਕੋਸ਼ਿਸ਼ ਰਹੇਗੀ ਫਿਲਹਾਲ ਤੁਸੀਂ ਦੇਖਦੇ ਰਹੋ ਜਸ ਪੰਜਾਬੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਵਾਗਤ ਜੀ ਜ਼ਾਈਨੂ ਜਲਵੇ ਜੱਗੀ ਦੇ ਵਿੱਚ ਅਤੇ ਗੱਲਬਾਤ ਜੇ ਕਰੀਏ ਆਪਾਂ ਅੱਜ ਜਿਹੜੀ ਵੀਡੀਓ ਤੁਸੀਂ ਦੇਖੀ ਆ ਪਹਿਲਾਂ ਜੇ ਸ਼ਾਇਦ ਬਹੁਤ ਸਾਰੇ ਦਰਸ਼ਕ ਬਾਅਦ ਦੇ ਵਿੱਚ ਜੁੜੇ ਹੋਣਗੇ ਵੀਡੀਓ ਦੇ ਵਿੱਚ ਇੱਕ ਬਾਬਾ ਜੀ ਪੀਂਗ ਝੂਠਦੇ ਨੇ ਹੋ ਸਕਦਾ ਤੀਆਂ ਦੇ ਸਮੇਂ ਦੀ ਗੱਲ ਹੋਵੇ ਅਤੇ ਲੇਡੀਜ਼ ਉਹਨਾਂ ਨੂੰ ਝੂਟੇ ਦੇ ਰਹੀਆਂ ਨੇ ਵਿੱਚ ਬੰਦੇ ਵੀ ਲੰਘਦੇ ਵੜਦੇ ਨਜ਼ਰ ਆਉਂਦੇ ਹੈਗੇ ਆ ਚਲੋ ਇਹ ਠੱਗੀ ਨਹੀਂ ਇਹ ਵੀ ਕਿਸੇ ਕਿਸੇ ਤਰੀਕੇ ਠੱਗੀ ਕਹਿ ਸਕਦੇ ਹਾਂ ਇਹਦਾ ਕਾਰਨ ਕੀ ਹੈ ਇਹਦੇ 'ਚ ਸਾਡਾ ਕਿੰਨਾ ਕਸੂਰ ਹੈ ਅਸੀਂ ਅਕਸਰ ਬਾਬਿਆਂ ਨੂੰ ਦੋਸ਼ ਦਿੰਦੇ ਹਾਂ ਜਾਂ ਅਸੀਂ ਟਰੈਵਲ ਏਜੰਟਾਂ ਨੂੰ ਦੋਸ਼ ਦਿੰਦੇ ਹਾਂ ਕਿ ਉਹਨੇ ਜੀ 50 ਲੱਖ ਰੁਪਈਆ ਮਾਰ ਲਿਆ ਉਹਨੇ 60 ਲੱਖ ਮਾਰ ਲਿਆ ਅਤੇ ਉਹਨੇ ਇੰਨਾ ਮਾਰ ਲਿਆ ਉਹਨੇ ਇੰਨਾ ਮਾਰ ਲਿਆ ਉਹਦੇ 'ਚ ਸਾਡਾ ਵੀ ਤਾਂ ਕਿਤੇ ਕਸੂਰ ਹੈਗਾ ਅੱਛਾ ਇੱਕ ਹੁਣ ਦੋ ਗੱਲਾਂ ਹੋਰ ਹੁਣੇ ਹੁਣੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਮੈਂ ਇੱਕ ਤਾਂ ਛੋਟੀ ਜਿਹੀ ਖਬਰ ਜਿਹੜੀ ਮੰਗਲਵਾਰ ਵੀ ਸਾਂਝੀ ਕੀਤੀ ਸੀ ਵੀ ਇੱਕ ਤਾਂਤਰਿਕ ਦੇ ਕਹੇ ਬਾਬੇ ਦੇ ਕਹੇ ਕਹਿੰਦੇ ਵੀ ਘਰ ਵਾਲਾ ਠੀਕ ਨਹੀਂ ਸੀ ਰਹਿੰਦਾ ਅਤੇ ਬਾਬੇ ਨੇ ਕਿਹਾ ਵੀ ਇਹਨੂੰ ਲੱਡੂ ਖਵਾਓ ਉਹ ਚਾਰੋਂ ਟਾਈਮ ਲੱਡੂ ਚਾਰ ਉਹਨੂੰ ਦੇ ਦਿਆ ਕਰੇ ਹੋਰ ਕੁਝ ਖਾਣ ਨੂੰ ਦੇ ਦਿਆ ਕਰੇ ਤਾਂ ਉਹਨੇ ਕੋਰਟ ਦੇ ਵਿੱਚ ਜਾ ਕੇ ਬੰਦੇ ਨੇ ਤਲਾਕ ਦਾ ਕੇਸ ਪਾਇਆ ਵੀ ਇਹ ਮੈਨੂੰ ਲੱਡੂ ਖਵਾਈ ਜਾਂਦੀ ਹੈ ਅਤੇ ਮੈਂ ਮਰਨਾ ਨਹੀਂ ਮੈਂ ਲੱਡੂ ਖਾ ਕੇ ਸ਼ੂਗਰ ਨਹੀਂ ਕਰਾਉਣੀ ਹੈਗੀ ਅਤੇ ਜਦੋਂ ਪਤਾ ਲੱਗਿਆ ਵੀ ਉਹ ਕਿਸੇ ਬਾਬੇ ਨੇ ਉਹਨੂੰ ਕਿਹਾ ਸੀ ਚਲੋ ਉਹ ਗੱਲ ਹੋ ਗਈ ਗਈ ਆਈ ਹੋ ਗਈ ਅਗਲੀ ਗੱਲ ਹੁਣ ਇੱਕ ਹੋਰ ਕੱਲ੍ਹ ਪਰਸੋਂ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੈ ਵੀਡੀਓ ਕਿ ਲੱਡੂ ਬਣੇ ਨੇ ਸ਼ਗਰ ਪਾਰੇ ਬਣੇ ਪਏ ਐਨ ਧੜਾ ਧੜ ਵਿਛੇ ਹੋਏ ਮੰਜਿਆਂ ਦੇ ਉੱਪਰ ਬੜੇ ਵਧੀਆ ਟੋਕਰਿਆਂ ਦੇ ਟੋਕਰੇ ਭਰੇ ਪਏ ਨੇ ਅਤੇ ਟੱਬਰ ਸਾਰਾ ਰੋਈ ਜਾਂਦਾ ਦੱਸੋ ਬੰਦਾ ਸੋਚਦਾ ਵੀ ਘਰੇ ਵਿਆਹ ਧਰਿਆ ਹੈ ਟੱਬਰ ਰੋਈ ਜਾਂਦਾ ਕੋਈ 19-21 ਹੋ ਗਈ ਉਹ ਕਈ ਵਾਰੀ ਹੋ ਜਾਂਦੀ ਹੈ ਖੁਸ਼ੀਆਂ ਦੇ ਮੌਕੇ ਗਮੀਆਂ ਹੋ ਜਾਂਦੀਆਂ ਕੋਈ 19-21 ਹੋਊ ਪਤਾ ਲੱਗਿਆ ਉਦੋਂ ਬਾਅਦ ਦੇ ਵਿੱਚ ਵੀ ਇਹ ਵੀ ਕਿਸੇ ਬਾਬੇ ਨੇ ਨਾ ਕਿਸੇ ਬਾਬੇ ਨੇ ਇਹਨਾਂ ਕੋਲੋਂ 30 ਲੱਖ ਰੁਪਈਆ ਲੈ ਲਿਆ 30 ਲੱਖ ਰੁਪਈਆ ਦੋ ਮੁੰਡਿਆਂ ਦੇ ਕਹਿੰਦਾ ਵਿਆਹ ਕਰਾਊਂਗਾ ਮੈਂ ਦੋ ਮੁੰਡਿਆਂ ਦੇ ਵਿਆਹ ਕਰਾਊਂਗਾ ਵਿਆਹ ਦੇ ਕਾਰਡ ਛਾਪ ਗਿਆ ਮਿਠਿਆਈ ਬਣ ਗਈ ਜਦੋਂ ਬਰਾਤ ਜਾਣੀ ਸੀ ਜਿਸ ਦਿਨ ਉਸ ਦਿਨ ਪਤਾ ਲੱਗਿਆ ਘਰਦਿਆਂ ਨੂੰ ਕਿ ਕੁੜੀ ਤਾਂ ਕੋਈ ਹੈ ਹੀ ਨਹੀਂ ਬਾਬਾ ਹੀ ਲੱਭਾ ਮੁੜ ਕੇ ਜਿਹੜਾ ਵਿਚੋਲਾ ਸੀ ਬਾਬਾ ਸੋ ਇਹੋ ਜਿਹੇ ਬਾਬਿਆਂ ਨੂੰ ਅਸੀਂ ਬਾਬਿਆਂ ਦੀ ਗੱਲ ਕਰ ਲਈਏ ਏਜੰਟਾਂ ਦੀ ਗੱਲ ਕਰ ਲਈਏ ਜਾਂ ਇਹੋ ਜਿਹੇ ਹੋਰ ਜਿੰਨੇ ਠੱਗੀਆਂ ਮਾਰਨ ਵਾਲੇ ਹੈਗੇ ਨੇ ਉਹਨਾਂ ਦੀ ਗੱਲ ਕਰ ਲਈਏ ਇਹਨਾਂ ਬਾਰੇ ਆਪਾਂ ਤੁਸੀਂ ਪ੍ਰਤੀਕਰਮ ਦੇਣਾ ਕਿ ਤੁਹਾਡੇ ਕੀ ਵਿਚਾਰ ਨੇ
ਕੀ ਇਕੱਲਾ ਇਹਨਾਂ ਦਾ ਇੱਕ ਕਸੂਰ ਹੈਗਾ ਕਿ ਸਾਡਾ ਵੀ ਹੈਗਾ, ਇਹ ਗੱਲਾਂ ਬਾਤਾਂ ਕਰਦੇ ਹਾਂ। ਕਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੁਹਾਡੇ ਨਾਲ, ਕਾਲ ਕਰਕੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਰਦਾਰ ਗਿਆਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਤੇ ਤੁਸੀਂ ਜਿਹੜਾ ਵਿਸ਼ਾ ਲਿਆਂਦਾ, ਪਹਿਲਾਂ ਤੁਸੀਂ ਇਹ ਵੀ ਕਿਹਾ ਸੀ ਧਰਮ ਨਾਲ ਨਾ ਜੋੜਿਓ, ਇਹ ਵੀ ਤਾਂ ਕੋਈ ਧਰਮ ਦੀ ਆੜ ਲੈ ਕੇ ਬਾਬੇ ਬਣਦੇ ਆ, ਹੈ ਨਾ ਇਹ। ਹਾਂਜੀ, ਇਹ ਸਾਰੇ ਜਿਹੜੇ ਸਭ ਤੋਂ ਵੱਧ ਲੁੱਟਾਂ ਖੋਹਾਂ ਜਾਂ ਸਭ ਤੋਂ ਵੱਧ ਠੱਗੀਆਂ ਜਾਂ ਸਭ ਤੋਂ ਵੱਧ ਬਲੈਕ ਮੇਲਿੰਗ ਹੀ ਧਰਮ ਦੇ ਨਾਂ ਤੇ ਹੁੰਦੀ ਹੈ। ਅੱਛਾ ਜੱਗੀ ਸਾਹਿਬ, ਜੇ ਬੁਰਾ ਨਾ ਮਨਾਇਓ, ਮੈਂ ਹਾਠੀ ਹੋਠੀ ਸਾਹਿਬ ਕੋਈ ਪੁੱਛਣਾ ਕਿਸੇ ਵੇਲੇ, ਇਹਨਾਂ ਦੇ ਪਿੰਡ ਵੀ ਜਿਹੜੇ ਬਾਬੇ ਹੈਗੇ ਆ, ਚਲੋ ਅਸੀਂ ਮੈਨੂੰ ਦੂਏ ਪਾਸੇ ਲਾ ਲੈਣਾ, ਉਹ ਸਨ 2008 ਦੀ ਗੱਲ ਹੈ, ਅਸੀਂ ਇੰਡੀਆ ਗਏ ਤੇ ਦੋ ਮੇਰੇ ਪੋਤਾ ਪੋਤੀ ਕੈਲੀਫੋਰਨੀਆ ਤੋਂ, ਮੈਂ ਇੱਥੋਂ ਗਿਆ, ਅਸੀਂ ਦਿੱਲੀਓ ਇੰਡੀਆ ਪੰਜਾਬ ਜਾਣਾ ਸੀਗਾ, ਉਦਣ ਹੀ ਕਰਫਿਊ ਲੱਗ ਗਏ, ਅੱਗ ਜਣੀਆਂ ਹੋਈਆਂ 2008 ਦੀ ਗੱਲ ਹੈ, ਜੂਨ ਜੁਲਾਈ ਦੀ, ਹੈ ਨਾ, ਮੈਨੂੰ ਭੁੱਲਿਆ ਨੀ, ਤਰੀਕ ਭੁੱਲੀ ਨੀਗੀ। 3 ਦਿਨ ਅਸੀਂ ਖੱਜਲ ਹੋਏ ਦਿੱਲੀ, ਕਰੋੜਾਂ ਰੁਪਈਆਂ ਦਾ ਗੌਰਮੈਂਟ ਦਾ ਤੇ ਆਮ ਜਨਤਾ ਦਾ ਨੁਕਸਾਨ ਹੋ ਗਿਆ, ਹੈ, ਉਹ ਵੀ ਇੱਕ ਬਾਬੇ ਦੇ ਕਤਲ ਪਿੱਛੇ ਹੋਇਆ ਸੀ, ਉਹਦੇ ਮੁਤਲਕ ਕੀ ਖਿਆਲ ਹੈ ਜੀ? ਬਿਲਕੁਲ, ਉਦੋਂ ਮਤਲਬ ਇਹੋ ਜਿਹੀ ਆੜ ਹੇਠ ਇੱਕ ਤਾਂ ਜਿਹੜਾ ਨੁਕਸਾਨ ਹੁੰਦਾ ਹੁੰਦਾ, ਉਹ ਲੁੱਟਾਂ ਖੋਹਾਂ ਜਿਹੜੀਆਂ ਹੈਗੀਆਂ ਵਿੱਚ ਪ੍ਰੋਟੈਸਟ ਕਰਨ ਵਾਲੇ ਦੁਕਾਨਾਂ 'ਚੋਂ ਟੀਵੀ ਕੱਢ ਰਹੇ ਨੇ, ਦੁਕਾਨਾਂ ਦੇ ਵਿੱਚੋਂ ਸਮਾਨ ਕੈਮਰੇ ਕੱਢ ਰਹੇ ਨੇ, ਇਹ ਚੀਜ਼ਾਂ ਜਿਹੜੀਆਂ ਇਹ ਉਦੋਂ ਵੀ ਦੁਖਦਾਈ ਨੇ। ਨਹੀਂ ਚਲੋ, ਇਹ ਨਹੀਂ, ਮੈਂ ਇਹ ਵੀ ਮੰਨਦਾ ਹੀ ਹਾਂ ਵੀ ਉਹ ਇੱਕ ਬਾਬੇ ਦਾ ਚਲੋ ਕਤਲ ਹੋਇਆ ਕਿ ਉਹ ਆਮ ਚਲੋ ਉਹਨੂੰ ਗਿਣੀਏ, ਤੇ ਉਹ ਕਰੋੜਾਂ ਦਾ ਨੁਕਸਾਨ ਹੋਇਆ, ਉਹਦੇ ਪਿੱਛੇ ਕਿਹਦਾ ਹੱਥ ਸੀਗਾ ਜੀ? ਚਲੋ ਆਪਾਂ ਉਹਦੇ ਪਿੱਛੇ, ਮੈਂ ਤਾਂ ਫਿਰ ਵੀ ਮੈਂ ਸਮਝਦਾ ਕਿ ਉਹਦੇ ਕਿਸੇ ਨਾ ਕਿਸੇ ਹੱਦ ਤੱਕ ਇਹਦੇ ਹਰ ਚੀਜ਼ ਪਿੱਛੇ ਰਾਜਨੀਤਿਕ ਹੱਥ ਹੁੰਦਾ। ਆਪਾਂ ਇਹੋ ਜਿਹੀਆਂ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ, ਉਹ ਉੱਥੇ ਮੈਂ ਲਿਆਉਣਾ, ਇਹ ਹਰ ਜਿੰਨੇ ਵੀ ਬਾਬੇ ਆ, ਜਿੰਨੇ ਵੀ ਜੋ ਕੁਛ ਵੀ ਹੈਗਾ, ਇਹਨਾਂ ਦੇ ਪਿੱਛੇ ਹੱਥ ਤਾਂ ਹੈਗਾ ਹੀ ਆ ਨਾ ਸਾਡੇ ਸਿਆਸਤਦਾਨਾਂ ਦਾ, ਹੈ ਕਿ ਨਹੀਂ ਹੈ? ਆਪਾਂ ਐਵੇਂ ਲੋਕਾਂ ਨੂੰ ਬਦਨਾਮ ਕਰਦੇ ਹਾਂ, ਇਕੱਲੇ ਲੋਕੀ ਨਹੀਂ ਮਾੜੇ, ਸਿਆਸਤਾਂ ਪਿੱਛੇ ਚੱਲਦੀਆਂ ਬਾਬਿਆਂ ਦੇ, ਜਿਹੜੇ ਬਾਬੇ ਬਣਾਏ ਆ ਇਹ ਸਿਆਸਤਦਾਨਾਂ ਨੇ ਬਣਾਏ ਆ, ਹੈਂ, ਅਸੀਂ ਲੋਕ ਜਿਹੜੇ ਹੈਗੇ ਅਸੀਂ ਬੇਵਕੂਫ ਬਣ ਜਾਂਦੇ ਹਾਂ, ਮਗਰ ਲੱਗ ਕੇ ਇਹਨਾਂ ਦੇ ਨੁਕਸਾਨ ਆਪਣਾ ਕਰਾ ਲੈਂਦੇ ਆ, ਸਿਆਸਤਦਾਨ ਫਾਇਦਾ ਉਠਾ ਜਾਂਦੇ। ਜੀ ਜੀ ਗਿਆਨ ਸਿੰਘ ਜੀ, ਮੈਂ ਇਹ ਕਹਿਣਾ ਚਾਹੁੰਦਾ ਸੀ, ਸੋਝੀ ਆਪ, ਹਾਂ ਇਹ ਤਾਂ ਪਰ ਸੋਝੀ ਆਪੂ ਕਰਨੀ ਚਾਹੀਦੀ ਆ, ਤੋ ਅਸੀਂ ਕਦੀ ਕਿਸੇ ਬਾਬੇ ਨੂੰ ਨਾ ਮਾੜਾ ਕਿਹਾ ਨਾ ਚੰਗਾ ਕਿਹਾ, ਅਸੀਂ ਕਦੀ ਨਹੀਂ ਇਸ ਪਾਸੇ ਪਏ, ਤੇ ਮਹਾਰਾਜ ਸੋਹਣੀ ਸਾਡੀ ਨਿਭਾਤੀ ਆ, ਨਿਭੀ ਜਾਂਦੀ ਆ। ਨਹੀਂ, ਮਾਪਾ ਜਿਹੜੀ ਗੱਲ ਕਰਦੇ ਸੀਗੇ ਜੀ, ਇੱਕ 30 ਲੱਖ ਰੁਪਏ ਦੀ ਠੱਗੀ ਮਾਰ ਗਿਆ ਬਾਬਾ, ਇੱਕ ਨੇ ਇੱਕ ਤਲਾਕ ਕਰਵਾ ਤੇ ਲੱਡੂ ਖਵਾ ਕੇ, ਇਹਦੇ ਪਿੱਛੇ ਸਾਡਾ ਕਿੰਨਾ ਕੁ ਕਸੂਰ ਹੈਗਾ ਜਿਹੜੇ ਅਸੀਂ ਉਹਨਾਂ ਦੇ ਮਗਰ ਲੱਗਦੇ ਹਾਂ? ਆਪਾਂ ਇਹ ਗੱਲ ਉਹ ਸਾਰਾ ਨਹੀਂ, ਸਾਰਾ ਹੀ ਸਾਡਾ ਹੀ ਕਸੂਰ ਹੈ, ਸਾਡਾ ਹੀ, ਅਸੀਂ ਮਗਰੋਂ ਬਾਬਿਆਂ ਨੂੰ ਬਦਨਾਮ ਕਰਦੇ ਹਾਂ, ਬਾਬੇ ਘਰ ਤਾਂ ਨਹੀਂ ਲੱਡੂ ਦੇਣ ਆਉਂਦੇ, ਏਜੰਟਾਂ ਦੀ ਗੱਲ ਕਰ ਲਓ, ਜੋ ਸਾਡੇ ਲੋਕ ਉੱਥੇ ਜਾ ਕੇ ਪੈਰਾਂ 'ਚ ਬਹਿੰਦੇ ਆ, ਬੜੇ ਬੜੇ ਜਿਹੜੇ ਬੜੇ ਬੜੇ ਕਹਿੰਦੇ ਕਹਾਉਂਦੇ ਪੈਰਾਂ 'ਚ ਬਹਿੰਦੇ ਆ, ਤੇ ਇਹ ਕਸੂਰ ਬਾਬਿਆਂ ਦਾ ਕਿ ਸਾਡਾ ਕਸੂਰ ਸਾਡਾ ਆ, ਸਾਨੂੰ ਸੋਝੀ ਕਰਨੀ ਪਊਗੀ, ਸਾਨੂੰ ਸਮਝਣਾ ਪਊਗਾ। ਹੁਣ ਕੁਝ ਲੋਕ ਸਾਡੇ ਪੜ੍ਹ ਲੇ ਗਏ ਆ, ਹੁਣ ਥੋੜੇ ਟਿਕਾਣੇ ਆਉਣ ਲੱਗੇ, ਪਹਿਲਾਂ ਤਾਂ ਅਨਪੜ੍ਹਤਾ ਵੀ ਕਹਿ ਲਓ, ਕੁਛ ਵੀ ਕਹਿ ਲਓ, ਚੱਲਦਾ ਹੀ ਰਿਹਾ, ਹੈ ਜੀ। ਬਾਕੀ ਜਿਹੜੀ ਸੰਤਰੀ ਭਾਸ਼ਾ ਆ, ਸੰਤਰੀ ਭਾਸ਼ਾ ਆ ਵੀ ਜਿਹੜੇ ਸਵਾਸ ਮਿਲੇ ਆ, ਜਿਹਨਾਂ ਨੇ ਉਹਨਾਂ ਨੂੰ ਸਾਧ ਲਿਆ, ਉਹਨੂੰ ਸਾਧੂ ਕਹਿੰਦੇ ਆ, ਮਤਲਬ ਜਿੰਨੇ ਸਾਨੂੰ ਸਵਾਸ ਮਿਲੇ ਆ, ਅਸੀਂ ਉਹਨੂੰ ਸਹੀ ਤਰੀਕੇ ਨਾਲ ਵਰਤਿਆ, ਸਹੀ ਢੰਗ ਨਾਲ ਵਰਤਿਆ, ਉਹਨੂੰ ਸਾਧੂ ਕਹਿੰਦੇ ਆ, ਜਿਹਨ ਆਪਣੇ ਸਵਾਸਾਂ ਨੂੰ ਸਾਧ ਲਿਆ। ਤੇ ਇੱਥੇ ਤਾਂ ਸਾਧੂ ਜਣੇ ਖਣੇ ਬਣੇ ਫਿਰਦੇ ਆ, ਇਹ ਕੱਪੜੇ ਬਦਲ ਲਓ ਤੇ ਜਾਂ ਜਿੱਡੀ ਵੱਡੀ ਗੱਡੀ ਜੀ, ਓਡਾ ਵੱਡਾ ਸੰਤ। ਹਾਂ, ਉਹ ਦੱਸਿਆ ਤੁਹਾਨੂੰ, ਇਹਦੇ ਪਿੱਛੇ ਹੱਥ ਹੈ ਜੱਗੀ ਸਾਹਿਬ, ਸਿਆਸਤਦਾਨਾਂ ਦਾ ਹੱਥ ਹੈ। ਚਲੋ ਖੈਰ, ਅਸੀਂ ਕੋਸ਼ਿਸ਼ ਕਰਦੇ, ਬਹੁਤ ਮਿਹਰਬਾਨੀ ਤੁਹਾਡੀ। ਓਦਾਂ ਨਹੀਂ ਬਣ ਸਕਦੇ, ਓਦਾਂ ਨਹੀਂ ਬਾਬੇ ਬਣ ਸਕਦੇ ਸਿਆਸਤਦਾਨਾਂ ਦੇ ਪਿੱਛੋਂ, ਹਰ ਇੱਕ ਦੇ ਪਿੱਛੇ ਸਿਆਸਤਦਾਨ ਦਾ ਹੱਥ ਹੈਗਾ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕਾਲ ਤੁਹਾਡੀ ਲੱਗ ਗਈ ਲਾਈਵ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਟੀਵੀ ਦੀ ਆਵਾਜ਼ ਘੱਟ ਕਰਿਓ ਜੀ, ਕਿਰਪਾ ਕਰਕੇ, ਤੇ ਫੇਰ ਗੱਲਬਾਤ। ਹਾਂਜੀ, ਜ਼ਰੂਰ ਜ਼ਰੂਰ ਜ਼ਰੂਰ। ਵੀਰੇ, ਆਪਣਾ ਨਾ ਮੇਰਾ ਬੇਟਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਇਸ ਵਿਸ਼ੇ ਦੇ ਉੱਤੇ, ਬਹੁਤ ਜ਼ਰੂਰੀ। ਕਿਹੜੀ ਜਗ੍ਹਾ ਤੋਂ ਬੋਲ ਰਹੇ? ਮੈਰੀਲੈਂਡ। ਮੈਰੀਲੈਂਡ ਤੋਂ, ਹਾਂਜੀ ਬੋਲੋ ਜੀ। ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਬੇਟਾ ਨਾਮ ਦੱਸ ਦਿਓ ਪਹਿਲੇ ਆਪਣਾ। ਮੇਰਾ ਨਾਮ ਜਰਾਵਰ ਸਿੰਘ ਹੈ। ਵਾਹ ਜੀ, ਦਿਲਾਵਰ ਸਿੰਘ। ਮੈਂ 2 ਲਾਈਨਾਂ ਇਸ ਵਿਸ਼ੇ ਤੇ ਗਾਉਣਾ ਚਾਹੁੰਦਾ ਹਾਂ। ਜ਼ਰੂਰ ਬੇਟੇ, ਜ਼ਰੂਰ, ਵੈਲਕਮ। ਬੇਬੇ ਜੀ, ਮੈਂ ਸੰਤ ਬਣੂਗਾ, ਬੰਦਾ ਬੜਾ ਚਲੰਤ ਬਣੂਗਾ, ਕਿਨਾਰਾਂ ਦਾ ਕੰਤ ਬਣੂਗਾ ਬੇਬੇ ਜੀ। ਕੀ ਬਾਤ ਹੈ! ਬੇਬੇ ਜੀ, ਮੈਂ ਸੰਤ ਬਣੂਗਾ, ਬੰਦਾ ਬੜਾ ਚਲੰਤ।
ਕੰਤ ਬਣੂਗਾ, ਕਈ ਨਾਰਾਂ ਦਾ ਕੰਤ ਬਣੂਗਾ। ਵੈਰੀ ਗੁੱਡ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਵਧੀਆ ਲਾਈਨਾਂ, ਬੜਾ ਤਕੜਾ ਵਿਅੰਗ ਇਹ ਇਸ ਗੀਤ ਦੇ ਵਿੱਚ ਹੈਗਾ। ਪਹਿਲਾਂ ਇਹ ਗੀਤ ਵੈਸੇ ਆਇਆ ਸੀਗਾ, ਕਿਸੇ ਨੇ ਜੋ ਪਾਇਆ ਸੀ ਸੋਸ਼ਲ ਮੀਡੀਆ ਯੂਟਿਊਬ ਵਗੈਰਾ 'ਤੇ ਪਾਇਆ ਸੀ, ਉਸ ਤੋਂ ਬਾਅਦ ਫਿਰ ਗੁਰਚੇਤ ਚਿੱਤਰਕਾਰ ਜਿਹੜਾ ਹੈਗਾ ਉਹਨੇ ਇਹ ਡਰਾਮਾ ਵੀ ਖੇਡਿਆ ਸੀਗਾ, ਵਿਅੰਗ ਕੱਸਦਾ ਹੋਇਆ ਇਹੋ ਜਿਹੇ ਸਾਰੇ ਲੋਕਾਂ 'ਤੇ ਵਿਅੰਗ ਕੱਸਦੇ ਹਾਂ। ਅਸੀਂ ਵੀ ਕਹਿੰਦੇ ਰਹਿੰਦੇ ਹਾਂ ਪੰਜਾਬ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਘਰਾਂ ਦੇ ਵਿੱਚ ਮੁੰਡੇ ਕੁੜੀਆਂ ਹੈਗੇ ਉਹ ਵੀ ਕਹਿੰਦੇ ਰਹਿੰਦੇ ਆ, ਪਰ ਫਿਰ ਵੀ ਦਿਨ ਬ ਦਿਨ ਤਾਣਾ ਬਾਣਾ ਜਿਹੜਾ ਇਹ ਵੱਧਦਾ ਜਾਂਦਾ, ਦਿਨ ਬ ਦਿਨ ਸਾਨੂੰ ਏਜੰਟਾਂ ਦੀਆਂ ਠੱਗੀਆਂ ਦੇ ਰੋਜ਼, ਲੱਖਾਂ ਠੱਗੀਆਂ, ਲੱਖਾਂ ਰੁਪਈਆਂ ਦੀਆਂ ਠੱਗੀਆਂ ਦੇ ਰੋਜ਼ ਕਈ ਕਿੱਸੇ ਪਤਾ ਲੱਗਦੇ ਨੇ, ਬਾਬਿਆਂ ਦੇ ਕਈ ਕਿੱਸੇ ਰੋਜ਼ ਪਤਾ ਲੱਗਦੇ ਨੇ। ਬਹੁਤ ਸਾਰੇ ਬਾਬੇ ਸੁੱਖ ਨਾਲ ਅੰਦਰ ਨੇ, ਬਹੁਤ ਸਾਰੇ ਬਾਬੇ ਅੰਦਰ ਭਗਤੀ ਕਰ ਰਹੇ ਨੇ ਬਹੁਤ ਵਧੀਆ, ਜੇਲ੍ਹਾਂ ਦੇ ਵਿੱਚ ਬੈਠ ਕੇ ਐਨ ਮੈਂ ਕਹਿੰਦਾ ਮਸਤ ਹੋ ਕੇ, ਨਾ ਕੋਈ ਚੇਲਾ ਤੰਗ ਕਰਦਾ ਨਾ ਕੋਈ ਆ ਕੇ, ਪਰ ਇੰਨਾ ਆ ਵੀ ਉਹ ਔਖਾ ਤਾਂ ਲੱਗਦਾ ਹੋਊਗਾ ਅੰਦਰ, ਵੀ ਪੈਰੀਂ ਹੱਥ ਕੋਈ ਨਹੀਂ ਲਾਉਂਦਾ, ਨਹੀਂ ਤਾਂ ਉੱਥੇ ਬਾਹਰ ਆ ਕੇ ਤਾਂ ਇੱਦਾਂ ਪੀਂਘਾਂ ਨੂੰ ਝੂਟੇ ਮਿਲਦੇ ਆ, ਪੀਂਘਾਂ ਦੇ ਵਿੱਚ ਤਾਂ ਦੁਨੀਆ ਬੱਲੇ ਬੱਲੇ ਕਰਦੀ, ਜੇਲ੍ਹ ਦੇ ਵਿੱਚ ਉਹ ਚੀਜ਼ਾਂ ਨਹੀਂ ਹੈਗੀਆਂ। ਪਰ ਫਿਰ ਵੀ ਦੇਖੋ ਮੈਂ ਜਿਹੜੀ ਗੱਲ ਕਰਦਾ ਸੀ ਕਿ ਸਾਰਾ ਕੁਛ ਰੋਜ਼ ਸਾਡੇ ਸਾਹਮਣੇ ਹੁੰਦਾ, ਰੋਜ਼ ਅਖਬਾਰਾਂ 'ਚ ਆਉਂਦਾ, ਰੋਜ਼ ਟੀ ਵੀ 'ਤੇ ਆਉਂਦਾ, ਰੋਜ਼ ਸੋਸ਼ਲ ਮੀਡੀਆ 'ਤੇ ਆਉਂਦਾ, ਪਰ ਫਿਰ ਵੀ ਅਸੀਂ ਲਗਾਤਾਰ ਉਸੇ ਦਲਦਲ ਦੇ ਵਿੱਚ ਧੱਸਦੇ ਜਾਂਦੇ ਹਾਂ, ਚਾਹੇ ਉਹ ਬਾਬਿਆਂ ਦੀ ਦਲਦਲ ਹੈ, ਚਾਹੇ ਉਹ ਏਜੰਟਾਂ ਦੀ ਦਲਦਲ ਹੈ, ਫਿਰ ਵੀ ਅਸੀਂ ਇਹ ਡਿਸਕਸ ਕਰ ਰਹੇ ਹਾਂ ਕਿ ਇਹੋ ਜਿਹੀਆਂ ਚੀਜ਼ਾਂ ਤੋਂ ਖਾਸ ਤੌਰ 'ਤੇ ਬਾਬੇ ਵਾਲੀ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ, ਜਿੱਦਾਂ ਵੀ ਪੀਂਘ ਝੂਟ ਰਿਹਾ, ਲੋਕ ਲੇਡੀਜ਼ ਉਹਨੂੰ ਹੂਟੇ ਦੇ ਰਹੀਆਂ ਨਾਲ, ਉਹ ਗਾ ਵੀ ਰਹੀਆਂ ਨੇ ਕੁਛ, ਜਿਵੇਂ ਆਪਾਂ ਸਿੱਠਣੀਆਂ ਸੁਹਾਗ ਗਾਈਦੇ ਨੇ ਉੱਦਾਂ ਦਾ ਵੀ ਕੁਛ ਨਾਲ ਗਾ ਰਹੀਆਂ ਨੇ, ਅਤੇ ਇਹੋ ਜਿਹੇ ਕੀ ਇਹਦੇ ਪਿੱਛੇ ਕਿਹਦਾ ਕੀ ਮਕਸਦ ਹੋ ਸਕਦਾ, ਇਹੋ ਜਿਹੀਆਂ ਵੀਡੀਓ ਪਿੱਛੇ ਕਹਿ ਲਓ ਚਾਹੇ ਇਹੋ ਜਿਹੇ ਕੰਮ ਪਿੱਛੇ ਕਹਿ ਲਓ, ਅਤੇ ਜ਼ਰੂਰ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਆਪਾਂ ਬ੍ਰੇਕ ਤੋਂ ਬਾਅਦ। ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ। ਜੀ ਪ੍ਰੋਗਰਾਮ ਜ਼ਾਇਨੂ ਜਲਵੇ ਜੱਗੀ ਦੇ ਆਖਰੀ ਪੜਾਅ ਪ੍ਰੋਗਰਾਮ ਦਾ, ਮੈਂ ਮੁਆਫ਼ੀ ਚਾਹੁੰਦਾ ਸਾਡੇ ਦਰਸ਼ਕਾਂ ਕੋਲੋਂ ਵਿੱਚ ਥੋੜ੍ਹੀ ਟੈਕਨੀਕਲ ਪ੍ਰੋਬਲਮ ਕਰਕੇ ਮੇਰਾ ਮੂੰਹ ਐਂ ਰਹਿ ਗਿਆ ਹੋਣਾ ਇੱਕ ਜਗ੍ਹਾ, ਐਂ ਸਟਿੱਲ ਜਿਵੇਂ ਖੰਭੇ ਤੋਂ ਕਰੰਟ ਲੱਗਿਆ ਹੁੰਦਾ ਨਾ ਉੱਦਾਂ ਹੋ ਜਾਂਦਾ ਕਈ ਵਾਰੀ, ਫਰੀਜ਼ ਹੋ ਜਾਂਦਾ ਸਾਡੇ ਇੰਟਰਨੈਟ ਦੀ ਪ੍ਰੋਬਲਮ ਕਰਕੇ, ਪਰ ਕੋਈ ਐਸੀ ਗੱਲ ਨਹੀਂ, ਆਪਾਂ ਕਰਦੇ ਹਾਂ ਤੁਹਾਡੇ ਨਾਲ ਗੱਲਾਂ, ਪਤਾ ਜਾਣਦੇ ਹਾਂ ਇਸ ਵੀਡੀਓ ਬਾਰੇ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਰਾਜਕੁਮਾਰ ਜੀ, ਕੀ ਹਾਲ ਆ ਇਲਾਕੇ ਦਾ? ਕਾਫੀ ਵੈਸੇ ਨਾ ਉਦਾਂ ਅਸੀਂ ਉੱਥੋਂ ਸਾਡੇ ਅੱਜ ਹੋ ਗੱਲ ਹੁੰਦੀ ਰਹਿੰਦੀ ਪਿੰਡ ਉੱਥੇ, ਉਦਾਂ ਕੁਛ ਇਲਾਕਿਆਂ 'ਚ ਹੈਗਾ ਇੱਧਰ, ਜਾਣੀ ਕਿ ਇਹ ਪਰਲੇ ਪਾਸੇ ਨੂੰ, ਦੋਨਿਆਂ ਵਾਲੇ ਪਾਸੇ, ਗਿੱਦੜ ਪਿੰਡੀ ਵਾਲੇ ਪਾਸੇ ਨੂੰ, ਜਿਹੜੇ ਇੱਧਰਲੇ ਪਿੰਡ ਨੇ ਉਹ ਉੱਚੇ ਨੇ, ਪਰਲੇ ਪਾਸੇ ਠੀਕ ਹੀ ਆ। ਹਾਂ ਉਹ ਠੀਕ ਹੈ, ਆਪਣੇ ਪਿੰਡਾਂ ਵਾਲੇ ਠੀਕ ਹੀ ਆ। ਹਾਂ ਅੱਛਾ, ਵੀਡੀਓ ਦੀ ਗੱਲ ਚੱਲਦੀ ਸੀ ਜਿਹੜੇ ਬਾਬਾ ਜੀ ਨੂੰ ਪੀਂਘ ਅਤੇ ਹੂਟੇ ਦੇ ਰਹੀਆਂ ਬੀਬੀਆਂ, ਕੀ ਕਹਿਣਾ ਚਾਹੁੰਦੇ ਹੋ, ਚੰਗੀ ਗੱਲ ਹੈ, ਮਾੜੀ ਗੱਲ ਹੈ, ਹੋਣਾ ਚਾਹੀਦਾ? ਦੇਖੋ ਜੀ, ਜਿਹੜੀ ਜਿਹੜਾ ਪਿੱਛੇ ਜਿਹੜਾ ਬੀਤਿਆ ਸਮਾਂ, ਉਹਦੇ ਵਿੱਚ ਜੋ ਕੁਝ ਹੋਇਆ ਮਾੜਾ ਹੀ ਹੋਇਆ, ਸਭ ਘਰੇ ਨਾ ਹੀ ਆਵੇ ਉਹੋ ਜਿਹਾ ਸਮਾਂ। ਨਹੀਂ ਬਾਬਾ ਜੀ, ਬਾਬੇ ਦੀ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ? ਤੁਸੀਂ ਦੇਖੀ ਸ਼ਾਇਦ ਨਹੀਂ ਕਿ ਉਹ ਲੇਡੀਜ਼ ਹਰਿਆਣੇ ਦੇ ਵਿੱਚ ਨੇ, 8-10 ਝੂਟੇ ਦੇ ਰਹੀਆਂ ਨੇ, ਹਾਂਜੀ, ਨਾਲ ਬਾਬਾ ਨਜ਼ਾਰੇ ਆ, ਪੂਰੇ ਮਸਤ ਹੋਏ ਹੋਏ ਨੇ ਅਤੇ ਬੀਬੀਆਂ ਨਾਲ ਗਾਣੇ ਗਾਉਂਦੀਆਂ ਨੇ, ਅਤੇ ਕੀ ਕਹਿਣਾ ਚਾਹੁੰਦੇ ਇਹਦੇ ਵਿੱਚ? ਇਹਦੇ ਵਿੱਚ ਸਾਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਠੀਕ ਹੈ ਇਹ? ਮੈਂ ਇਹ ਕਹਿੰਦਾ ਜੀ, ਜਿੰਨੀ ਅਵੇਅਰਨੈਸ ਹੋਵੇ ਉਹ ਚੰਗੀ ਗੱਲ ਆ। ਇਹ ਬਜਾਏ ਇਹਦੇ ਰਿਜ਼ਲਟ ਜਿਹੜੇ ਮਾੜੇ ਨਿਕਲਣ, ਪਹਿਲਾਂ ਜਿਹੜਾ ਹੋਇਆ ਨਾ, ਪਹਿਲਾਂ ਜੋ ਕਿ ਬਾਬਿਆਂ ਨੇ ਸਾਬਤ ਕੀਤਾ ਉਹ ਉਹਨਾਂ ਦੇ ਉਹਨਾਂ ਦਾ ਵਧੀਆ ਨਹੀਂ ਗਾ। ਦੇਖੋ ਜੀ, ਜਿਹੜੇ ਬਾਬੇ ਰੱਬ ਸੀ ਲੋਕਾਂ ਵਾਸਤੇ, ਠੀਕ ਹੈ, ਪੈਸੇ ਨੇ ਰੱਬ ਬਣਾਏ ਹੋਏ ਸੀਗੇ, ਜਿਹੜੇ ਲੋਕਾਂ ਨੂੰ ਪੁੱਤ ਦਿੰਦੇ ਸੀ, ਲੋਕਾਂ ਨੂੰ ਜ਼ਿੰਦਗੀਆਂ ਦਿੰਦੇ ਸੀ, ਲੋਕਾਂ ਨੂੰ ਲੋਕਾਂ ਵਾਸਤੇ ਚਮਤਕਾਰ ਕਰਦੇ ਸੀ, ਤਾਂ ਉਹ ਅੱਜ ਦੇਖ ਲਓ ਕਿੱਥੇ ਨੇ, ਅਤੇ ਇਹ ਜਿਹੜੇ ਹੈਗੇ ਨੇ ਇਹਨਾਂ ਦਾ ਵੀ ਇਹੀ ਹਾਲ ਹੋਣਾ ਚਾਹੀਦਾ ਜਿਹੜੇ ਹੈਗੇ ਇੱਦਾਂ ਦੇ। ਲੋਕਾਂ ਦਾ ਭਲਾ ਸੋਚਣ ਵਾਲੇ ਬਾਬੇ ਉਹ ਸਮਾਂ ਨਹੀਂ ਹੈ ਜੀ। ਨਹੀਂ ਆਪਣੇ ਜਿਵੇਂ ਉਹ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਵਾਲੇ ਵੀ ਸੰਤ, ਨਾਮ ਉਹਨਾਂ ਦੇ ਨਾਮ ਨਾਲ ਵੀ ਲੱਗਿਆ, ਉਹ ਦੇਖੋ ਵਾਤਾਵਰਨ ਪ੍ਰੇਮੀ ਨੇ, ਆਪਣੇ ਪਖੰਡ ਜਾਂ ਕੋਈ ਕਿਸੇ ਨੂੰ ਜੀ 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 ਚਲੋ, ਮਿਹਰਬਾਨੀ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
ਵਾਹ ਜੀ ਵਾਹ ਮਨਜੀਤ ਸਿੰਘ ਜੀ, ਬੜੇ ਖਾਸੇ ਦਿਨਾਂ ਬਾਅਦ ਦਰਸ਼ਨ ਮਿਲੇ ਹੋਏ ਫੋਨ ਤੇ ਵੀ। ਬਸ ਇੱਕ ਸਟੇਸ਼ਨ ਬਣਾਇਆ ਸੀਗਾ, ਉਹ ਬੰਦਿਆਂ ਪੱਧਰ ਟ੍ਰੇਨ ਕਰਨਾ ਸੀਗਾ, ਉਧਰ ਵੀ ਜੀ ਰਹੇ ਪਹਿਲਾਂ ਨੂੰ ਬਿਲਡ ਕੀਤਾ ਵਾ ਟ੍ਰੇਨ ਟੂਨ ਕਰਕੇ, ਹੁਣ ਥੋੜ੍ਹਇਆ ਟਾਈਮ ਕੀ ਕੀ ਰੇਲਵੇ ਸਟੇਸ਼ਨ ਮੈਂ ਰੇਲਵੇ ਸਟੇਸ਼ਨ ਸੋਰੀ ਗੈਸ ਸਟੇਸ਼ਨ ਬਾਰਿਸ਼ ਹੋਈ ਹੈ, ਹੜ ਹੁੜਾ ਕਾਫੀ ਕਾਫੀ ਜਗ੍ਹਾ ਆਏ ਨੇ ਬਹੁਤ। ਵੈਸੇ ਨਾ ਜੀ ਦੇਖ ਨਹੀਂ ਹੁੰਦੇ ਵੀਡੀਓ ਫੋਟੋਆਂ, ਕਈਆਂ ਨੇ ਵਿਚਾਰਿਆਂ ਨੇ ਰੋਪੜ ਜ਼ਿਲ੍ਹੇ ਦੇ ਵਿੱਚ ਮੱਝਾਂ ਦੇ ਸੰਗਲ ਵੀ ਨਹੀਂ ਖੋਲ ਹੋਏ, ਉੱਥੇ ਹੀ ਵਿਚਾਰੀਆਂ, ਉਹਨਾਂ ਦਾ ਬਹੁਤ ਦੁੱਖ ਹੋਇਆ, ਬੜਾ ਦੁੱਖ ਹੁੰਦਾ ਦੇਖ ਕੇ। ਬਾਈ ਗੋਡ ਕੁਛ ਨਹੀਂ ਮੁੜ ਕੇ ਕਰਨ ਨੂੰ ਜੀ ਕਰਦਾ ਜਦੋਂ ਇਹੋ ਜਿਹਾ ਦੇਖਦੇ ਆਪਾਂ ਕੁਛ। ਨਾ ਨਾ ਪੰਜਾਬ ਦਾ ਤਾਂ ਉੱਥੋਂ ਸ਼ੁਰੂ ਤੋਂ 88 'ਚ ਹਾਏ ਸੀ ਹੜ੍ਹ, ਉਦੋਂ ਵੀ ਕਹਿਣੇ ਬਾਤ ਪੁੱਛੀ, ਹੁਣ ਪਤਾ ਨਹੀਂ ਕਹਿਣੇ ਬਾਤ ਉੱਥੇ ਪੁੱਛਣੀ ਕਿ ਨਹੀਂ ਪੁੱਛਣੀ। ਅੱਛਾ ਉਹ ਸੁਖਬੀਰ ਬਾਦਲ ਸਾਹਿਬ ਕਹਿੰਦੇ ਵੀ ਕਾਂਗਰਸ ਦਾ ਹੱਥ ਇਹਦੇ 'ਚ ਹੜ੍ਹ ਆਉਣ 'ਚ, ਚਲੋ ਉਹ ਤਾਂ ਐਵੇਂ ਮੰਤਰੀ ਆ, ਉੱਥੇ ਪੋਲਿਟਿਕਸ ਚੱਲਦੀ ਆ। ਬਾਬਿਆਂ ਦੀ ਗੱਲ ਸੁਣਾ ਦਿੰਦਾ ਮੈਂ, ਸਰਹੰਦ 'ਚ ਇੱਕ ਵਾਰੀ ਮੈਨੂੰ ਬੰਦਾ ਹਟਿਆ ਨੀ, ਮੈਨੂੰ ਨਾਲ ਲੈ ਗਿਆ ਸਰਹੰਦ, ਤੁਹਾਨੂੰ ਪਤਾ ਬਹੁਤ ਡੇਰੇ ਆ ਸਰਹੰਦ, ਇਹ ਜਿਹੜੇ ਨਾ ਆਪਣੇ ਲਾਗੇ ਲਾਗੇ ਇੰਨੇ ਡੇਰੇ ਆ, ਉੱਥੇ ਪਤਾ ਨੀ ਚੱਲਦਾ ਕਿੰਨੇ ਡੇਰੇ ਬਣੇ ਹੋ। ਅੱਛਾ ਜੀ। ਤੇ ਚਲੋ ਮੈਂ ਕਿਹਾ ਉਹ ਹਟਿਆ ਨੀ, ਕਹਿੰਦਾ ਜਾਣਾ ਜਾਣਾ। ਤੇ ਉੱਥੇ ਦੇਖਿਆ ਬੀਬੀਆਂ ਕੁਛ ਜ਼ਿਆਦਾ ਹੁੰਦੀਆਂ, ਬੰਦੇ ਤਾਂ ਘੱਟੇ ਹੁੰਦੇ ਆ, ਤੇ ਬਾਬਾ ਜੀ ਇੰਨੀ ਚੜਾਈ ਹੁੰਦੀ ਆ। ਬਾਬਾ ਵਿਚਾਰਾ ਆਇਆ 4 ਵਜੇ, ਤੇ ਲਾਗੇ ਵਾਲੇ ਬੀਬੀਆਂ ਲੱਤਾਂ ਪੁੱਟਣ ਨੂੰ ਪਈਆਂ, ਬਾਬਾ ਗਿਆ ਨੱਠ। ਬਾਅਦ ਚ ਉਹਦਾ ਡਰਾਈਵਰ ਕਹਿੰਦਾ ਸਾਡਾ ਤਾਂ ਅੱਜ ਐਕਸੀਡੈਂਟ ਹੋ ਗਿਆ, ਬਾਬਾ ਗੁੱਸੇ ਗਿਆ। ਇਹ ਦੇਖੋ ਜੀ, ਇਹ ਅਕਸਰ ਇੱਕ ਤਾਂ ਇਹਦੀ ਸਾਡੀ ਮਜਬੂਰੀ ਜਿਹੜੀ ਇਹ ਬਣ ਜਾਂਦੀ ਜਦੋਂ ਉਸ ਬੰਦੇ 'ਤੇ ਕੋਈ ਦੁੱਖ ਹੁੰਦਾ। ਇੱਕ ਤਾਂ ਖਾਸ ਤੌਰ 'ਤੇ ਸਭ ਤੋਂ ਵੱਡਾ ਦੁੱਖ ਤਾਂ ਇਹ ਹੀ ਹੈ ਪੈਸੇ ਧੇਲੇ ਦਾ, ਕਿ ਪੈਸੇ ਧੇਲੇ ਵੱਲੋਂ ਪੂਰਾ ਸਰਦਾ ਨਹੀਂ ਹੁੰਦਾ, ਫਿਰ ਇਉਂ ਲੱਗਦਾ ਵੀ ਬਾਬਾ ਸ਼ਾਇਦ ਕੋਈ ਕਰੂਗਾ ਸਾਨੂੰ ਕੋਈ ਪੁੜੀ ਦੇ ਕੇ, ਅਤੇ ਉਹਨਾਂ ਸਾਡਾ ਕੰਮ ਚੱਲ ਪਊਗਾ। ਕੰਮ ਕਰਿਆ ਹੋਣਾ, ਕੰਮ ਦੇ ਨਾਲ ਚਲੋ ਕਿਤੇ ਨਾ ਕਿਤੇ ਪਰਮਾਤਮਾ ਦਾ ਵੀ ਉਹਦੇ 'ਚ ਜ਼ਰੂਰ ਯੋਗਦਾਨ ਹੁੰਦਾ, ਕਿਸਮਤ ਦਾ ਵੀ ਅਸੀਂ ਯੋਗਦਾਨ ਕਹਿ ਸਕਦੇ ਹਾਂ, ਪਰ ਕੰਮ ਕਰਿਆ ਹੀ ਹੋਣਾ। ਹਾਂਜੀ ਹਾਂਜੀ, ਪਰ ਇਹ ਭੁਲੇਖਾ ਆ ਬਾਬਾ ਜੀ, ਹੁਣ ਤੁਸੀਂ ਲਾ ਲਓ ਆਹ ਬਾਬਾ ਜੀ ਜੇ ਕਿਤੇ ਚੜ੍ਹਾਈ, ਜਿੱਦਾਂ ਕਲਾਕਾਰ ਦਾ ਗਾਣਾ ਚੜ੍ਹ ਗਿਆ, ਜੇ ਬਾਬੇ ਹੋਣੇ ਮਾੜੀ ਚੜ੍ਹਾਈ ਹੋ ਜਾਵੇ, ਉਹਨਾਂ ਦੇ VIP ਗੱਡੀਆਂ ਨਾਲ ਗਾਰਡ, ਜੇ ਕਿਤੇ ਏਅਰਪਲੇਨ 'ਚ ਜਾਂ ਸਾਡੇ ਵਰਗਾ ਕਹੂਗਾ ਵੀ ਸਾਥੀ ਸਾਥੀ ਟਿਕਟ ਲੱਭੂ, ਤੇ ਬਾਬੇ ਜੀ ਹੁਣੇ ਫਸਟ ਕਲਾਸ 'ਚ ਬੈਠੇ ਹੁੰਦੇ, ਉਹਨਾਂ ਦੇ ਢੋਲੀਆਂ ਢੁਲੀਆਂ ਵਾਲੇ ਬਿਜਨਸ ਕਲਾਸ 'ਚ ਬੈਠੇ ਹੁੰਦੇ ਆ। ਦੇਖੋ ਜੀ ਪੈਸਾ ਕਿਹਨਾਂ ਦਾ ਪਵਕਦਾ, ਗੱਡੀ ਹਜੇ ਬੰਬੇ ਹੁੰਦੀ, ਗੱਡੀ ਨਵੀਂ ਕੋਈ ਆਉਂਦੀ ਕਿਸੇ ਕੰਪਨੀ ਦੀ ਬੰਬੇ ਹੁੰਦੀ, ਪੰਜਾਬ 'ਚ ਆਈ ਨਹੀਂ ਹੁੰਦੀ, ਤੇ ਬਾਬੇ ਬੰਬੇ ਹੀ ਬੁੱਕ ਕਰਾ ਦਿੰਦੇ ਬੰਬਿਓ ਹੀ, ਵੀ ਬੰਬੇ ਬਾਈ ਜੋ ਤੇ ਲੈ ਆਵਾਂਗੇ ਅਸੀਂ। ਚਲੋ ਚਲੋ ਖੈਰ ਜੀ, ਬਹੁਤ ਮਿਹਰਬਾਨੀ ਤੁਹਾਡੀ। ਚਲੋ ਜੀ ਆਪਾਂ ਗੱਲਾਂ ਬਾਤਾਂ ਕਰਦੇ ਰਹਿਣਾ, ਬਾਕੀ ਜਿਵੇਂ ਦੁਨੀਆਂ ਚੱਲਦੀ ਹੈ ਉਹ ਚੱਲਦੀ ਰਹਿਣੀ ਹੈ। ਚਲੋ ਸਾਡਾ ਜ਼ਿਆਦਾ ਮਕਸਦ ਇਹ ਹੁੰਦਾ ਕਿ 1 ਘੰਟਾ ਅਸੀਂ ਗੱਲਬਾਤ ਕਰਦੇ, ਚਲੋ ਨਾਲ ਨਾਲ ਕੁਛ ਚੰਗੀ ਮਾੜੀ ਗੱਲ ਵੀ ਪਤਾ ਲੱਗਦੀ, ਅਤੇ ਨਾਲ ਦੀ ਨਾਲ ਥੋੜ੍ਹਾ ਬਹੁਤ ਸ਼ੁਗਲ ਮੇਲਾ ਵੀ ਹੋ ਜਾਵੇ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ, ਕਈ ਵਾਰੀ ਪ੍ਰੋਗਰਾਮ ਦਾ ਕੋਈ ਲੌਜਿਕ ਨਹੀਂ ਹੁੰਦਾ, ਪਰ ਅੱਜ ਦੇ ਪ੍ਰੋਗਰਾਮ ਦਾ ਬਹੁਤ ਵੱਡਾ ਲੌਜਿਕ ਹੈਗਾ ਸੀਗਾ ਕਿ ਇਹੋ ਜਿਹਾ ਜਿਹੜਾ ਹੈਗਾ ਇਹ ਚੀਜ਼ਾਂ ਮੈਨੂੰ ਮੇਰੇ ਹਿਸਾਬ ਦੇ ਨਾਲ ਤਾਂ ਹੈਗੀਆਂ ਗਲਤ, ਉਹਦੇ 'ਚ ਗਲਤੀ ਸਾਡੀ ਹੋਈ ਮੈਂ ਸਮਝਦਾ, ਉਹ ਬੰਦੇ ਦੀ ਗਲਤੀ ਨਹੀਂ, ਬੁਲਾ ਕੇ ਕਿਤੇ ਕਰਿਆ ਤੂੰ ਉਹਨੂੰ ਹੂਟੇ ਦਿੰਦੇ, ਅਤੇ ਹੁਣ ਉਹਨੂੰ ਹੂਟੇ ਜਿਹਨੂੰ ਮਿਲਦੇ ਫਰੀ ਦੇ, ਅਤੇ ਹੋਰ ਉਹਨੂੰ ਹੋਰ ਕੀ ਚਾਹੀਦਾ। ਚਲੋ ਖੈਰ ਅੱਜ ਲਈ ਇੰਨਾ ਹੀ ਕਾਫੀ, ਅਤੇ ਮੈਂ ਜਾਣ ਤੋਂ ਪਹਿਲਾਂ ਇੱਕ ਹੋਰ ਜਿਹੜੀ ਸਾਡੀ ਦੁੱਖਦਾਈ ਖਬਰ ਅੱਜ ਤੁਹਾਡੇ ਨਾਲ ਫਿਰ ਇੱਕ ਸਾਂਝੀ ਕਰਨ ਲੱਗਿਆ ਕਿ ਸਾਡੇ ਮਿੱਤਰ ਸੀਗੇ ਭਗਵੰਤ ਮਾਨ, ਉਹਨਾਂ ਦੇ ਨਾਲ ਇਕੱਠੇ ਪੜ੍ਹਦੇ ਸੀ, ਉਹਨਾਂ ਦੇ ਨਾਲ ਦਾ ਪਿੰਡ ਉਹਦਾ ਹੈਗਾ ਮੁੰਡੇ ਦਾ ਸੀਗਾ ਸਤੌਜ ਭਗਵੰਤ ਦਾ ਪਿੰਡ ਹੈ, ਅਤੇ ਵੀਰ ਪਿੰਡ ਨਾਲ ਹੀ 1 ਕਿਲੋਮੀਟਰ ਦੇ, ਉਹ ਹੈਗਾ ਨਵਨੀਤ ਭੁੱਲਰ ਸੀ ਮੁੰਡਾ ਸਾਡੇ ਨਾਲ ਪ੍ਰੋਗਰਾਮਾਂ ਦੇ ਵਿੱਚ, ਅਸੀਂ ਜਦੋਂ ਪੰਜਾਬ ਦੇ ਵਿੱਚ ਕਰਦੇ ਸੀ ਸਾਡੇ ਨਾਲ ਅਕਸਰ ਉਹ ਹੁੰਦਾ ਸੀ, ਕਰਮਜੀਤ ਅਨਮੋਲ ਉਹਨਾਂ ਦੇ ਨਾਲ ਵੀ ਇਕੱਠੇ ਉਹ ਕਾਫੀ ਦੇਰ ਰਹੇ ਨੇ। ਸੋ ਅੱਜ ਜਾਣੀ ਕਿ ਉੱਥੇ ਦੇ ਕੱਲ੍ਹ ਇੰਡੀਆ ਦੇ ਐਕਸੀਡੈਂਟ ਹੋ ਗਿਆ ਉਹਨਾਂ ਦਾ, ਤਾਂ ਡੈਥ ਹੋ ਗਈ ਉਹਨਾਂ ਦੀ, ਔਰ ਭਗਵੰਤ ਮਾਨ ਦੇ ਕੋਲ ਹੀ ਉਹਨਾਂ ਨੂੰ ਮਿਲ ਕੇ ਆ ਰਹੇ ਸੀ ਮਾਨਸਾ ਦੇ ਵਿੱਚ, ਅਤੇ ਇਹ ਬੜੀ ਮਾੜੀ ਖਬਰ ਜਿਹੜੀ ਹੈਗੀ ਆ ਇਹ ਸਾਡੇ ਵਾਸਤੇ, ਸਾਡੇ ਯਾਰਾਂ ਦੋਸਤਾਂ ਵਾਸਤੇ, ਦੋਸਤਾਂ ਮਿੱਤਰਾਂ ਵਾਸਤੇ ਮਾੜੀ ਖਬਰ ਜਿਹੜੀ ਆ ਸਾਨੂੰ ਸੁਣਨ ਨੂੰ ਮਿਲੀ ਹੈ। ਚਲੋ ਇਹ ਵੀ ਦੁਨੀਆਂ ਦੇ ਰੰਗ ਨੇ, ਇਹ ਵੀ ਪਰਮਾਤਮਾ ਦੇ ਰੰਗ ਨੇ, ਇਹ ਵੀ ਸਾਡੀ ਜ਼ਿੰਦਗੀ ਦੇ ਨਾਲ ਨਾਲ ਚੱਲਦੇ ਆ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੰਤਾ।